ਸਜਣ ਮੇਰੇ ਰੰਗਲੇ ਜਾਏ ਸੁੱਤੇ ਜੀ ਰਾਨ ਹੰਭੀ ਵੰਝਾ ਡੂੰਘਣੀ ਰੋਵਾਂ ਛੀਣੀ ਬਾਣ ਤਨ ਜੋਬਨ ਅਰ ਫੁੱਲੜਾ ਨਾਠੀ ਅੜੇ ਦਿਨ ਚਾਰ ਪੱਬਣ ਕੇਰੇ ਸੁਣੋ ਵਡ ਭਾਗੀਓ ਸਗਲ ਮਨੋਰਥ ਪੂਰੇ
ਜੀ ਕੀ ਫਤਿਹ। ਅਰਜਨ ਹਰ ਗੋਬਿੰਦ ਸਿਮਰਾਉ ਸ੍ਰੀ ਹਰ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਐ ਕਰਨ ਜਾਵੈ ਧਰਿ ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜਦਾਰ ਵਚਨ ਕਰਕੇ ਭਰਨੋ ਜੀ ਵਾਹੇ। ਪੰਜਾਂ ਪਿਆਰਿਆਂ ਚੋਂ ਸਾਜਾਦਿਆਂ ਚਾਲੀਆਂ ਮੁਕਦਿਆਂ ਹੱਥੀਆਂ ਜਪੀਆਂ ਤਪੀਆਂ, ਜਿੰਨਾ ਆਪਦਾ ਨਾਮ ਜਪਿਆ ਵੰਡ ਕੇ ਛਕਿਆ, ਦੇਖ ਲਾਈ ਤੇ ਅਗਵਾਈ ਦੇ ਕੇ ਨਿਰਗੀਤਾ, ਤਿਨਾ ਪਿਆਰਿਆਂ ਸਿਚਾਰਿਆਂ ਦੀ ਕਮਾਈ ਦਾ ਧੰਨ ਕਰਕੇ ਖਾਲਸਾ ਜੀ ਬੋਲੋ ਜੀ। ਜਿੰਨਾ ਸਿੰਘਾਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਪਾਵਨ ਪਵਿੱਤਰ ਮੁਬਾਰਕ ਹਜ਼ੂਰ ਚਰਨਾਂ ਵਿੱਚ ਅਰਦਾਸ ਬੇਨਤੀ ਪ੍ਰਾਰਥਨਾ ਹੈ, ਸਤਿਗੁਰੂ ਜੀ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਭਾਈ ਸਾਹਿਬ ਭਾਈ ਮੋਹਨ ਸਿੰਘ ਜੀ ਸਗੋਂ ਜੋ ਕਿ ਆਪ ਜੀ ਦੇ ਭੇਜੇ ਸਮਾਤ ਲੋਕ ਵਿੱਚ ਆਏ, ਜਿੰਨੀ ਆਪ ਜੀ ਨੇ ਸਵਾਸਾਂ ਰੂਪੀ ਪੂੰਜੀ ਬਖਸ਼ਿਸ਼ ਕਰਕੇ ਇਸ ਸਮਾਤ ਲੋਕ ਵਿੱਚ ਭੇਜਿਆ ਸੀ, ਤਿਨਾਂ ਨੂੰ ਭੋਗਦੇ ਹੋਏ ਸੰਸਾਰਕ ਯਾਤਰਾ ਨੂੰ ਸੰਪੂਰਨ ਕਰਦੇ ਹੋਏ ਸਤਿਗੁਰੂ ਜੀ ਪਰਲੋਕ ਗਮਨ ਕਰਕੇ ਹਨ, ਉਹਨਾਂ ਦੇ ਨਿਮਿੱਤ ਆਪ ਜੀ ਦੀ ਦੱਸੀ ਹੋਈ ਮਰਜ਼ਾਦਾ ਅਨੁਸਾਰ ਖੁੱਲੇ ਪੜਾਣ ਵਿੱਚ ਸਤਿਗੁਰੂ ਜੀ ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀ ਦੇ ਪਾਵਨ ਪਿੱਤਰ ਫਰਮਾਨ ਅਨੁਸਾਰ। ਸਾਡੇ ਸਤਿਕਾਰਯੋਗ ਸਰਦਾਰ ਮੋਹਨ ਸਿੰਘ ਜੀ ਸੱਜੂ, ਜੋ ਕਿ ਪਿਛਲੇ ਦਿਨ ਪਰਿਵਾਰ ਨੂੰ ਸਦੀਵ ਛੋੜਾ ਦੇ ਕੇ ਪ੍ਰਲੋਕ ਗਮਨ ਕਰ ਗਏ ਸਨ, ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਇਕੱਤਰ ਹੋਏ ਹਨ। ਸਤਿਗੁਰ ਸੱਚੇ ਪਾਤਸ਼ਾਹ ਨੇ ਜਿੰਨੀ ਸਵਾਸਾਂ ਰੂਪੀ ਪੂੰਜੀ ਸੱਗੂ ਸਾਹਿਬ ਨੂੰ ਦੇ ਕੇ ਸੰਸਾਰ 'ਤੇ ਭੇਜਿਆ ਸੀ, ਉਸ ਨੂੰ ਭੋਗਦੇ ਹੋਏ ਪ੍ਰਲੋਕ ਗਮਨ ਕਰ ਗਏ। ਮੌਤ ਇੱਕ ਅਟਲ ਸੱਚਾਈ ਹੈ, ਉਹ ਸਾਹਿਬਾਂ ਨੇ ਬਹੁਤ ਉਪਦੇਸ਼ ਦਿੱਤੇ ਪਰ ਵਿੱਚ, ਜੋ ਆਇਆ ਸੋ ਚੱਲ ਸੀ ਸਭ ਕੂ ਆਈ ਵਾਰੀਏ, ਜਿਸ ਕੇ ਵੀ ਪ੍ਰਾਣ ਹੈ ਕਿਉਂ ਸਾਹਿਬ ਮੋ ਵਸਾਰੀਏ। ਸੱਗੂ ਸਾਹਿਬ ਇੱਕ ਬਹੁਤ ਉੱਚੀ ਸ਼ਖਸੀਅਤ ਸਨ, ਪਿਛਲੇ 30-35 ਸਾਲ ਤੋਂ ਮੈਂ ਉਹਨਾਂ ਨੂੰ ਬਹੁਤ ਨਜ਼ਦੀਕੀ ਤੌਰ 'ਤੇ ਜਾਣਦਾ ਸੀ। ਨਿੱਜੀ ਤੌਰ 'ਤੇ ਬਟਾਲੇ ਦੀ ਸਿਆਸਤ 'ਚ ਉਹਨਾਂ ਦਾ ਆਪਣਾ ਰੁਤਬਾ ਸੀ, ਨੋ ਡਾਊਟ ਸਾਡੀਆਂ ਪਾਰਟੀਆਂ ਅਲੱਗ ਅਲੱਗ ਸੀ, ਉਹ ਬੀਜੇਪੀ ਸਨ, ਮੈਂ ਅਕਾਲੀ ਦਲ। ਮੈਂ ਸੱਗੂ ਸਾਹਿਬ ਦਾ ਅਸਾਂ ਜੀ ਅੰਤਿਮ ਅਰਦਾਸ ਦੇ ਵਿੱਚ ਸਭ ਇਕੱਠੇ ਹੋਏ ਹਾਂ, ਔਰ ਦੂਰ ਦੂਰ ਤੱਕ ਮੇਰੀਆਂ ਮਾਤਾ ਭੈਣਾਂ, ਉੱਗੇ ਲੀਡਰ, ਧਾਰਮਿਕ ਜਥੇਬੰਦੀਆਂ ਦੇ ਲੀਡਰ ਔਰ ਇੰਡਸਟਰੀ ਜਿੱਥੇ ਬੈਠੇ ਦੇ ਨੇ, ਇਹ ਆਪਣੇ ਆਪ 'ਚ ਬਿਆਨ ਕਰਦੇ ਨੇ ਵੀ ਸੱਗੂ ਸਾਹਿਬ ਦੀ ਕਿਸ ਤਰ੍ਹਾਂ ਦੀ ਇੱਕ ਸ਼ਖਸੀਅਤ ਸੀ। ਜੇ ਮੈਂ ਕਹਾਂ, ਜਦੋਂ ਮੈਂ ਮਿਲਿਆ ਸੀ ਹਮੇਸ਼ਾ ਹੀ ਆਸ਼ੀਰਵਾਦ ਦਿੰਦੇ ਸੀ, ਬੜੇ ਮਿੱਠੇ ਬੋਲਣ ਵਾਲੇ ਸੀ, ਕਿਸੇ ਨਾਲ ਕਦੀ ਮਾੜਾ ਨਹੀਂ ਚੰਗਾ ਨਹੀਂ, ਔਰ ਮੈਂ ਕਹਿ ਸਕਦਾ ਵਾਂ ਕਿਹੋ ਜਿਹੀ ਸ਼ਖਸੀਅਤ ਸਨ ਸਰਦਾਰ ਮੋਹਨ ਸਿੰਘ ਸੱਗੂ ਦਾ, ਕਿਹੋ ਜਿਹਾ ਜੀਵਨ ਸੀ, ਮੈਂ ਸਮਝਣਾ ਕੋਈ ਅਣਜਾਣ ਵਿਅਕਤੀ ਵੀ ਉਹਨਾਂ ਤੋਂ ਭੁੱਲਿਆ ਨਹੀਂ।
ਮੈਂ ਵੇਖ ਰਿਹਾ ਸਾਂ ਜਦੋਂ ਸਤਿਕਾਰਯੋਗ ਸ਼੍ਰੀ ਦੇਵਰਾਜ ਚਾਚੋਵਾਲੀਆ ਜੀ ਆਏ ਨੇ ਤਸਵੀਰ ਦੇ ਲਾ ਕੇ ਜਾ ਕੇ ਉਹਨਾਂ ਦੀਆਂ ਅੱਖਾਂ ਵਿੱਚੋਂ ਨੀਰ ਵਹਿ ਰਹੇ ਸਨ। ਕਿਉਂ ਵਹਿ ਰਹੇ ਸਨ? ਜਿਹਦੇ ਨਾਲ ਸਾਂਝ ਹੋਵੇ, ਜਿਹਦੇ ਨਾਲ ਮਿੱਤਰਤਾ ਹੋਵੇ, ਜਿਹਦੇ ਨਾਲ ਚੰਗੇ ਦਿਨ ਬੀਤੇ ਹੋਣ। ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਮੋਹਨ ਸਿੰਘ ਸੱਗੂ ਜੀ, ਜੋ ਕੁਝ ਦਿਨ ਪਹਿਲਾਂ ਪਰਿਵਾਰ ਨੂੰ ਔਰ ਸਾਰੇ ਮਿੱਤਰਾਂ ਦੋਸਤਾਂ ਨੂੰ ਛੱਡ ਕੇ ਗੁਰੂ ਚਰਨਾਂ 'ਚ ਜਾ ਬਿਰਾਜੇ ਹਨ, ਉਹਨਾਂ ਦੀ ਅੰਤਿਮ ਅਰਦਾਸ ਵਿੱਚ ਆਪਾਂ ਇੱਥੇ ਇਕੱਠੇ ਹੋਏ ਹਾਂ। ਹਰ ਆਦਮੀ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸਾਰੇ ਨਗਰ ਸ਼ਾਕੀ ਚਾਲ ਦੀ ਕਿਰਪਾਲਤਾ ਕਰੋ ਜੀ, ਕੋਈ ਵੀ ਪੁਰਾਣੀ ਲੰਗਰ ਸਮਾਧੀ ਨੂੰ ਜਾਏ। ਹਰ ਪਾਣਾ ਗੁਰ ਪਾਇਆ, ਗੁਰ ਜਾਵੇ ਹਰ ਦਾ ਪਾਸ ਜੀਓ, ਸਾਧ ਗੁਰੂ ਕਰੇ ਹਰ ਪਹਿ ਬੇਨਤੀ, ਮੇਰੇ ਤਜ ਰੱਖੂ ਪਰਦਾਸ ਜੀਓ, ਮੇਰੇ ਸਿਰ ਸੁਣੋ ਪੁੱਤ ਪਾਈਓ, ਮੇਰੇ ਹਰ ਪਾਣਾ ਆਉ ਮੈਂ ਪਾਸ ਜੀਓ, ਹਰ ਪਾਣਾ ਗੁਰ ਪਾਇਆ ਮੇਰਾ ਹਰ ਪ੍ਰਭ ਕਰੇ ਸ ਪਾਸ ਜੀਓ, ਅਗਰ ਸਤਿਗੁਰ ਤੁਰਕ ਸੋਈ ਜਿਸ ਹਰ ਪ੍ਰਾਣਾ ਪਾਵ ਹੈ, ਆਨੰਦ ਅਨਹਦ ਵਜੇ ਵਾਜੇ ਹਰ ਪਾਵ ਕਾ ਨਾਮੈ ਲਾਭ ਹੈ। ਤੁਸੀਂ ਪੁੱਤ ਪਾਈ ਪਰਵਾਰ ਮੇਰਾ, ਮਨ ਵੇਖੋ ਕਰਨ ਰਜਾਸ ਜੀਓ, ਤੁਰ ਲਿਖਿਆ ਪ੍ਰਵਾਣਾ ਤੇ ਨਾਹੀ, ਗੁਰ ਜਾਏ ਹਰ ਦਾ ਪਾਸ ਜੀਓ, ਸਤਿਗੁਰੂ ਪਾਣੇ ਆਪਣੇ ਕਹਿ ਪਰਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਹੋ ਸੀ ਸੋ ਮੈਂ ਮੂਲ ਨ ਪਾਇਆ, ਮਿਤ ਪੈ ਜੇ ਮਿਤ ਟਿਕਸਾ ਜਿਸ ਮਿਤ ਕੀ ਪੈਜ ਪਾਵਾ, ਤੁਸੀਂ ਮਿਤ ਟਿਕਾਇਆ ਸਾਧ ਸਿੱਖ ਬੰਦ ਪੁੱਤ ਪਾਈ, ਰਾਮਦਾਸ ਪੈਰੀ ਪਾਇਆ, ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨਾ ਕਰਿਓ ਨਿਰਵਾਣ ਜੀਓ, ਕਿਸ ਗੋਪਾਲ ਲੱਭਣ ਸਦੇ ਹੋ, ਹਰ ਹਰ ਕਥਾ ਪੜ੍ਹੇ ਪੁਰਾਣ ਜੀਓ, ਹਰ ਕਥਾ ਪੜ੍ਹੀ ਹਰ ਨਾਮ ਸੁਣੀਏ, ਬੇਬਾਣ ਹਾ ਰੰਗ ਗੁਰ ਪਾਵ ਹਰ ਪਿੰਡ ਪੱਤਰ ਕਿਰਿਆ ਦੇਵਾ ਸਾਣ ਜੀਓ, ਸਤਿਗੁਰੂ ਪੁਰਖ ਜੀ ਬੋਲਿਆ ਗੁਰਸਿੱਖਾ ਮਨ ਲਈ ਰਜਾਏ ਜੀਓ, ਮੋਹਰੀ ਪੁੱਤ ਸਰ ਹੋਇਆ ਰਾਮਦਾਸ ਪੈਰੀ ਪਾਏ ਜੀਓ, ਸਭ ਪਵੇ ਪੈਰੀ ਸਤਿਗੁਰੂ ਕੇਰੀ ਜਿੱਥੇ ਗੁਰੂ ਆਪ ਰੱਖਿਆ, ਕੋਈ ਘਰ ਬਖੀਲੀ ਮੇਵਾ ਨਾਹੀ, ਪਰ ਸੋਜਿਆਈ ਤੁਰ ਲਿਖਿਆ ਲੇਖ ਜਾਏ ਜੀਓ, ਕਹੇ ਸੁੰਦਰ ਗੁਰ ਹੈ ਪਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਜਾਏ ਜੀਓ, ਸਤਿਗੁਰ ਪ੍ਰਸਾਦ ਗਾਓ ਹਰੀ ਗਿਆ।
ਭਾਵਹਾਰੀ ਸਦਾ ਸਿਰ ਸਲਾਹ ਤੇਰੀ ਨਾਮ ਮਨ ਵਸਾਵਾ ਨਾਮ ਜਿਨ ਕਾ ਮਨ ਵਸਿਆ ਬਾਜੀ ਸ਼ਬਦ ਕਨੇਰੇ ਕਹੇ ਨਾਮ ਸੱਚੇ ਸਾਹਿਬ ਕਾ ਨਾਹੀ ਕਰਤੀ ਰਾਮ ਸਾਚਾ ਨਾਮ ਮੇਰਾ ਆਧਾਰੋ ਸਾਇ ਨਾਮ ਆਧਾਰ ਮੇਰਾ ਤਿਨ ਭੁੱਖਾ ਸਦਾ ਕੁਰਬਾਨ ਕੀਤਾ ਗੁਰੂ ਵਟਹਾਉ ਜਿਸਦਿਆ ਹੀ ਬੜੇ ਆਈ ਹਾਂ ਕਹੇ ਨਾਮ ਸੁਣ ਸੰਤੋ ਸ਼ਬਦ ਰੋਕਿਆ ਗੁਰੂ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਨ ਕਾ ਸੁਭਾਗਾ ਕਰ ਸੁਭਾਗੇ ਸ਼ਬਦ ਵਾਜੇ ਕਰ ਕਰ ਪ੍ਰਭਾਗੀ ਹੋ ਸਰਬ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰ ਸਗਲ ਸੂਰੇ ਲੋਕ ਲੋਕ ਸੰਤਾ ਉਤਰ ਹੇ ਸੱਚੇ ਪੂਰੇ ਗੁਰੂ ਦੇ ਜਾਣੀ ਸੁਣਦੇ ਬਣੀ ਕਰਦੇ ਪਵਿੱਤਰ ਸੰਦਾਰ ਗੁਰ ਚਰਨ ਲਾਗੇ ਵਾਜੇ ਅਨਹਦ ਦੂਰੇ ਗਏ ਆਈ ਆ ਗੋਰੇ ਆਈਆ ਵਾਜੇ ਧਰਮ ਦੂਰਾ ਕਰਮੀ ਆਪੋ ਆਪਣੀ ਮਕੈ ਉਜਲ ਏਦੀ ਛੁਟੀ ਨਾਲ ਜਿਮੀ ਨਾਮ ਤਿਆਰਾ ਗੇ ਮਸਕ ਦੁਕਾਲ ਨਾਰਗ ਦੇ ਮੁਖੇ ਉਜਲ ਏਦੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਵਰਗ ਗੁਰ ਨਾਨਕ ਨੇ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦਨ ਸਿਮਰਹੁ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤਿਵ ਬਹਾਦਰ ਸਿਮਰਿਆ ਘਰ ਨਾਲ ਜਿਹਾ ਧਾਰੇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜਦਾਂ ਦਾ ਗ੍ਰੰਥ ਗਏ ਬਲ ਜੇ ਪੰਜਾਂ ਜਿੰਨਾ ਆਪਦਾ ਨਾਮ ਜਪਿਆ ਵੰਡ ਕੇ ਛਕਿਆ ਦੇਹ ਚਲਾਈ ਤੇ ਗਵਾਈ ਦੇ ਕੇ ਨਿਰਕੀਤਾ ਕਿੰਨਾ ਪਿਆਰਿਆ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਤੁਸੀਂ ਦਿੱਤੇ ਬੰਦ ਬੰਦ ਕਟਾਏ ਤੇਜੀ ਕੈਸਾ ਸਾਸਾ ਸਾਮ ਰਵਾਏ ਤਿਨਾਂ ਦੀ ਕਮਾਈ ਦਾ ਧੰਨ ਧਰ ਕੇ ਖਾਲਸਾ ਜੀ ਫਲ ਜੀ ਵਾਹਿਗੁਰੂ ਨਾਮ ਸਰਬ ਸੁਖ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਚਰਿਆ ਦੇਖ ਦੇਖ ਫਤਿਹ ਬਿਲ ਕੀਤਾ ਸ੍ਰੀ ਸਾਹਿਬ
ਸਰਦਾਰ ਨਾਮਦਾਰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਜੈ ਨਾਮ ਚੌਂਕੀ ਹਰਮਤਾ ਜਹਰਦਾਰ ਭਰਦੇ ਸਤਿਗੁਰੂ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮੱਤ ਉੱਚੀ ਮੱਤ ਪੱਤ ਦਾ ਰੱਖ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਨਾਲ ਜੀ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਸਤਿਗੁਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ 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 ਦਸਾਂ ਪਾਤਸ਼ਾਹਾਂ ਦੀ ਆਤਮਕ ਜੋਤ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਪਾਵਨ ਪਵਿੱਤਰ ਹਜ਼ੂਰ ਅਰਦਾਸ ਬੇਨਤੀ ਪ੍ਰਾਰਥਨਾ ਸਤਿਗੁਰ ਜੀ ਆਪ ਜੀ ਦਾ ਹੁਕਮ ਹੈ ਜੇ ਹਾ ਚੀਰੀ ਲਿਖਿਆ ਤੇ ਹਾ ਹੁਕਮ ਕਮਾਹੇ ਕੱਲੇ ਆਵੇ ਨਾਨਕ ਸੱਜੇ ਉੱਠੀ ਜਾਏਗੇ ਪਾਵਨ ਪਵਿੱਤਰ ਫਰਮਾਨ ਅਨੁਸਾਰ ਸਤਿਗੁਰ ਜੀ ਆਪ ਜੀ ਦੇ ਦਰ ਘਰ ਦੇ ਪ੍ਰੇਮਾਨ ਭਾਈ ਸਾਹਿਬ ਭਾਈ ਮੋਹਨ ਸਿੰਘ ਜੀ ਸਗੋਂ ਅਕਾਲ ਪੁਰਖ ਜੀ ਆਪ ਜੀ ਦੇ ਭੇਜੇ ਹੋਏ ਸਮਾਜ ਲੋਕ ਵਿੱਚ ਆਏ ਜਿੰਨੇ ਆਪ ਜੀ ਨੇ ਸਵਾਸਾਂ ਰੂਪੀ ਪੂੰਜੀ ਬਖਸ਼ਿਸ਼ ਕਰਕੇ ਇਸ ਮਹਾਂਤਲੋਕ ਭੇਜਿਆ ਸੀ ਤਿੰਨਾਂ ਨੂੰ ਭੋਗਦੇ ਹੋਏ ਜੀਵਨ ਯਾਤਰਾ ਨੂੰ ਸੰਪੂਰਨ ਕਰ ਦਿਓ ਸਤਿਗੁਰ ਜੀ ਪਰਲੋਕ ਗਮਨ ਕਰ ਗਏ ਹਨ ਉਹਨਾਂ ਦੇ ਨਿਮਿੱਤ ਸਮੂਹ ਪਰਿਵਾਰ ਨੇ ਪਰਸੋਂ ਤੋਂ ਆਪ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਸ੍ਰੀ ਅਖੰਡ ਜਾਪ ਆਰੰਭ ਕਰਾਏ ਸਨ ਸਤਿਗੁਰ ਜੀ ਆਪ ਜੀ ਨੇ ਅਪਾਰ ਅਪਾਰ ਕਿਰਪਾ ਕੀਤੀ ਹੈ ਨਿਵਿਘਨਤਾ ਸਹਿਤ ਭੋਗ ਪੈ ਸਤਿਗੁਰ ਜੀ ਪਾਠੀ ਸਿੰਘਾਂ ਕੋਲੋਂ ਬਾਣੀ ਪੜ੍ਹਦੇ ਆ ਸਮੂਹ ਪਰਿਵਾਰ ਕੋਲੋਂ ਸੇਵਾ ਕਰਦੇ ਆ ਸਤਿਗੁਰ ਜੀ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਲਈ ਖਿਮਾ ਦੀ ਜਾਚ ਅੱਗੇ ਤੋਂ ਸਮਰਥ ਬਖਸ਼ਿਸ਼ ਕਰਨੀ ਜੀ ਆਈਆਂ ਸੰਗਤਾਂ ਦੀ ਹਾਜ਼ਰੀ ਦਾ ਪ੍ਰਵਾਨ ਕਰਨੀ ਸਰਬੱਤ ਦਾ ਤਿਲ ਫੁਲ ਭੇਟਾ ਪ੍ਰਵਾਨ ਕਰਨਾ ਸਤਿਗੁਰ ਜੀ ਆਪ ਜੀ ਦੇ ਸੇਵਕਾਂ ਨੇ ਸੁੰਦਰ ਪਿਛਾਕੇ ਭੇਟਾ ਕੀਤੇ ਸਤਿਗੁਰ ਜੀ ਆਪ ਜੀ ਨੇ ਅੰਗ ਲੈ ਕਰਨੇ ਆਪਣੇ ਸੇਵਕਾਂ ਦੇ ਲੋਕ ਅਤੇ ਪ੍ਰਲੋਕ ਵਿਖੇ ਪੜਦੇ ਢੱਕਣੇ ਸਤਿਗੁਰ ਜੀ ਆਪ ਜੀ ਦੇ ਬਖਸ਼ੇ ਖਜ਼ਾਨੇ ਵਿੱਚ ਪਾਠੀ ਸਿੰਘਾਂ ਦੀ ਸੇਵਾ ਵਾਸਤੇ ਬੇਅੰਤ ਮਾਇਆ ਭੇਟਾ ਕੀਤੀ ਸਤਿਗੁਰ ਜੀ ਸਤਿਗੁਰ ਜੀ ਸਮੂਹ ਸੰਗਤ ਦੀ ਅਰਦਾਸ ਹੈ ਜੀ ਲੇਖਾ ਕਤੇ ਨਾ ਛੁੱਟੀਐ ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ਲੈ ਨਾਨਕ ਪਾਰ ਉਤਾਰ ਸਤਿਗੁਰ ਜੀ ਇਸ ਮਾਤ ਲੋਕ ਵਿੱਚ ਆਣ ਕੇ ਜੀਵ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਕਰਦਾ ਸਤਿਗੁਰ ਜੀ ਭੁੱਲਾਂ ਨਾ ਚਿਤਾਰਨੀਆਂ ਵਿਛੜੀ ਹੋਈ ਰੂਹ ਨੂੰ ਸਦੀਵੀ ਕਾਲ ਵਾਸਤੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ ਜੀ ਪਿੱਛੇ ਸਮੂਹ ਪਰਿਵਾਰ ਦਾ ਭਲਾ ਕਰਨਾ ਭਾਣਾ ਮੰਨਣ ਦਾ ਬਲ ਉਹਦਾ ਬਖਸ਼ਣਾ ਸਤਿਗੁਰ ਜੀ ਗੁਰੂ ਘਰ ਨਾਲ ਜੋੜਨਾ ਆਪਣਾ ਆਸ਼ੀਰਵਾਦ ਬਖਸ਼ਣਾ ਜੀ ਬਸਤਰ ਬਿਸਤਰ ਜੋ ਵੀ ਸਤਿਗੁਰ ਜੀ ਭੇਟਾ ਕੀਤਾ ਸਤਿਗੁਰ ਜੀ ਦਰ ਪ੍ਰਵਾਨ ਕਰਿਓ ਜੀ ਆਪ ਜੀ ਦੇ ਪਾਵਨ ਪਵਿੱਤਰ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਵ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੁਭੋ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ ਜੋ ਛਕੇ ਸਵਾਰ ਦਾ ਪੁੱਤਰ ਨਾਮ ਸਤਨਾਮ
ਵਾਹਿਗੁਰੂ ਜਪੇ ਕਿਰਪਾ ਕਰੋ ਸਤਿਗੁਰ ਜੀ ਆਈਆਂ ਸੰਗਤਾਂ ਨੂੰ ਆਪਣਾ ਪਿੱਤਰ ਮੁੱਖ ਵਾਗ ਬਖਸ਼ਿਸ਼ ਕਰਕੇ ਨਿਹਾਲ ਕਰੋ ਮੁੱਖ ਵਾਗ ਕੇ ਚਰਨ ਦੀ ਸਮਰੱਥਾ ਬਖਸ਼ੋ ਸਹੀ ਪਿਆਰੇ ਮਿਲੋ ਜਿਨ੍ਹਾਂ ਨੇ ਆਪ ਜੀ ਦਾ ਪਵਿੱਤਰ ਨਾਮ ਜਿੱਤਿਆ ਵੈ ਸੁੱਖ ਹੋਵੇ ਨਾਮ ਜਿੱਤਿਆ ਵੈ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਏ ਬੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਰ ਗੁਣ ਗਾਵੋ ਸਦਾ ਸੁਭਾਏ
ਮਨ ਚੰਦੇ ਸਗਲੇ ਪਰ ਪਾਓ ਜੀਉ ਕੈ ਸੰਗ ਸਹਾਈ ਰਾਓ ਨਾਰਾਇਣ ਪ੍ਰਾਣ ਭਗਹਰਾ ਹਮ ਸੰਤ ਜਨਾਰੇ ਮਾਰਾ ਪਤੇ ਕਪਨੀਤ ਕਰਨੀ ਨੇ ਕਰ ਕਿਰਪਾ ਹਰ ਦਸ ਦਿਨੇ ਪਾਰ ਬ੍ਰਹਮ ਕਰੇ ਪ੍ਰਤ ਪਾਲ ਸਾਧ ਜੀ ਸੰਗ ਰਖਵਾਲਾ ਹਰ ਦਿਨ ਰਨ ਕੀਰਤਨ ਗਾਇਆ ਬਾਲ ਨ ਜੋਨੀ ਪਾਇਆ ਜਿਸ ਦੇਵ ਨਾਦ ਕਹਾਂ ਜੋ ਸਵਾਲਾ ਪਾ
ਸਾਰੇ ਸਤਿਕਾਰਯੋਗ ਸਰਦਾਰ ਮੋਹਨ ਸਿੰਘ ਜੀ ਸਕੂ ਜੋ ਸਕਾਲ ਪੁਰਖ ਦੇ ਭੇਜੇ ਹੋਏ ਇਸ ਜਗਤ ਵਿੱਚ ਆਏ, ਜਿਤਨੇ ਸਵਾਸ ਜਿਤਨਾ ਸਮਾਂ ਦੇ ਕੇ ਮਾਲਕ ਨੇ ਭੇਜਿਆ ਉਹ ਸਮਾਂ ਪੂਰਾ ਹੋਇਆ, ਸਵਾਸ ਖਰਚ ਹੋਏ,
ਤੇ ਹੁਕਮ ਅਨੁਸਾਰ ਜਿਸ ਕੀ ਪੁੱਜੇ ਔਦ ਤਿਸੇ ਕੌਣ ਰਾਖੇ। ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਏ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਇਸ ਫਾਨੀ ਜਗਤ ਵਿੱਚੋਂ ਪਰਲੋਕ ਗਮਨ ਕਰ ਗਏ। ਸੋਨਾ ਦੀ ਦੇਵਾ ਤੁਹਾਂ ਦੇ ਭਲੇ ਵਾਸਤੇ ਗੁਰੂ ਕੀਆਂ ਸੰਤਾਂ ਨੇ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਹੈ। ਹੁਣ ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਹੀ ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀ ਵਿਸ਼ਣ ਜੀਵਾਤਮਾ ਦੇ ਭਲੇ ਵਾਸਤੇ। ਤੁਰਕੀ ਬਾਣੀ ਦੇ ਰਾਹੀਂ ਕੀਰਤਨ ਦੀ ਪ੍ਰਾਰੰਭਤਾ ਹੋ ਚੁੱਕੀ ਹੈ। ਪਿਆਰੀ ਸਤਸੰਗ, ਇਸ ਜਗਤ ਵਿੱਚ ਜੋ ਵੀ ਆਇਆ ਹੈ ਸਤਿਗੁਰ ਕਹਿੰਦੇ ਆਪੇ ਹੀ ਕਰਨਾ ਕੀ ਉਹ ਕੱਲ ਆਪੇ ਹੀ ਤੇ ਤਾਰੀਏ, ਦੇਖੇ ਕੀਤਾ ਹੈ ਆਪਣਾ ਤਾਂ ਕੱਚੀ ਪੱਕੀ ਸਾਰੀ, ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀਏ, ਜੋ ਵੀ ਆਇਆ ਹੈ ਉਸਨੇ ਇੱਕ ਦਿਨ ਇਸ ਜਗਤ ਵਿੱਚੋਂ ਚਲੇ ਜਾਣਾ ਹੈ। ਇਹ ਸੱਚ ਹੈ ਜੋ ਉਪਜਿਓ ਸੋ ਬਿਨਸ ਹੈ ਪਰ ਉਹ ਅੱਜ ਕੇ ਕਾਲ, ਭਾਵੇਂ ਅਨੇਕਾਂ ਪ੍ਰਮਾਣ ਗੁਰਬਾਣੀ ਵਿੱਚ ਮਿਲਦੇ ਨੇ ਸਾਨੂੰ ਕਿ ਮਰਿਆਦਾ ਪੁਰਸ਼ੋਤਮ ਰਾਮ ਵਰਗੇ ਵੀ ਇਸ ਜਗਤ ਵਿੱਚ ਸਦਾ ਨਹੀਂ ਰਹੇ। ਰਾਵਣ ਜੋ ਇਹ ਆਖਦਾ ਸੀ ਕਿ ਉਸਨੇ ਮੌਤ ਨੂੰ ਆਪਣੇ ਵੱਸ ਵਿੱਚ ਕਰ ਲਿਆ, ਇੱਥੋਂ ਤੱਕ ਆਖਿਆ ਜਾਂਦਾ ਸੀ ਕਿ ਰਾਵਣ ਕਹਿੰਦਾ ਕਿ ਉਸਨੇ ਕਾਲ ਨੂੰ ਆਪਣੇ ਪਲੰਗ ਦੇ ਪਾਵੇ ਨਾਲ ਬੰਨ ਰੱਖਿਆ, ਭਾਵ ਮੌਤ ਉਸਨੂੰ ਮਾਰ ਨਹੀਂ ਸਕਦੀ, ਲੇਕਿਨ ਫਿਰ ਵੀ ਰਾਵਣ ਮਰ ਜਾਂਦਾ ਹੈ ਕਿਉਂਕਿ ਜਗਤ ਦਾ ਦਸਤੂਰ ਹੈ ਜੋ ਜਨਮੇ ਸੋ ਜਾਨੋ ਬੂਆ, ਜਿਹਨੂੰ ਜਨਮ ਮਿਲਿਆ ਹੈ ਉਸਦੀ ਮੌਤ ਤੈਅ ਹੈ, ਬਲਕਿ ਮਾਲਕ ਨੇ ਜਨਮ ਤੋਂ ਪਹਿਲਾਂ ਹੀ ਮੌਤ ਲਿਖ ਦਿੱਤੀ। ਤੇ ਰਾਵਣ ਦੀ ਸਭ ਤੋਂ ਵੱਡੀ ਮੂਰਖਤਾ ਸੀ ਕਿ ਉਹ ਇਹ ਸੋਚ ਬੈਠਾ ਕਿ ਮੈਂ ਸਦਾ ਰਹਿਣ ਵਾਲਾ, ਤਾਂ ਇਹ ਚੋਟ ਰਾਵਣ ਨੂੰ ਸਹਿਣੀ ਪੈਂਦੀ ਹੈ। ਲੰਕਾ ਗੜ ਸੋਨੇ ਕਾ ਪਿਆ ਮੂਰਖ ਰਾਵਣ, ਕਿਆ ਲੈ ਗਿਆ ਇਸਦੀ ਵੱਡੀ ਮੂਰਖਤਾ ਸੀ ਕਿ ਭੁਲੇਖੇ ਵਿੱਚ ਹੀ ਜੀਵਨ ਖੁਆਰ ਕਰ ਲਿਆ ਉਸ। ਸੋ ਪਿਆਰੀ ਸਤਸੰਗ, ਸਤਿਗੁਰ ਕਹਿੰਦੇ ਮਾਨਸ ਜਨਮ ਦੁਲਾਂਬ ਹੈ ਹੋਏ ਨਾ ਬਾਲ, ਮਨੁੱਖਾ ਜਨਮ ਦੁਲਾਂਬ ਤੋਂ ਭਾਵ ਕੀਮਤੀ ਹੈ, ਬੇਸ਼ਕੀਮਤੀ ਹੈ, ਇਹ ਮੁੱਲ ਨਹੀਂ ਮਿਲਦਾ, ਇਹ ਮਿਲਦਾ ਹੈ ਤੁਮਰੀ ਕਿਰਪਾ ਤੇ ਮਾਲਕ ਦੇ, ਭਾਈ ਉਸ ਮਾਲਕ ਦੀ ਕਿਰਪਾ ਦੇ ਨਾਲ, ਇੱਕ ਵਾਰੀ ਮਿਲਿਆ ਹੈ ਦੁਬਾਰਾ ਮਿਲਣਾ ਨਹੀਂ। ਸੋ ਜਿਤਨਾ ਜਿਤਨਾ ਸਮਾਂ ਅਸੀਂ ਲੈ ਕੇ ਆਏ ਹਾਂ ਸਤਿਗੁਰ ਕਹਿੰਦੇ ਭਲਿਆ ਗੋਬਿੰਦ ਮਿਲਣ ਕੀ ਤੇਰੀ ਵਰਿਆ, ਇਹ ਸਮਾਂ ਪਰਮਾਤਮਾ ਨੂੰ ਮਿਲਣ ਦਾ ਕਰਕੇ ਤੇ ਤੇਰਾ ਕਾਰਜ ਉਸ ਮਾਲਕ ਨੇ ਨਾਮ ਨੇ ਸਵਾਰਨਾ ਹੈ, ਇਸ ਵਾਸਤੇ ਅਵਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਧ ਸੰਗਤ, ਭਾਜ ਕੇਵਲ ਨਾਮ ਗੁਰੂ ਕੀ ਸੰਗਤ ਵਿੱਚ ਬੈਠ ਕੇ ਉਸ ਮਾਲਕ ਨੂੰ ਜਪਣਾ ਕਰ, ਕਿਉਂਕਿ ਇਹੀ ਜੀਵਨ ਦਾ ਮਨੋਰਥ, ਇਹੀ ਜੀਵਨ ਦਾ ਲਾਹ ਹੈ। ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ। ਪਿਆਰਿਓ, ਸਮਾਂ ਸਾਡਾ ਸਾਰਿਆਂ ਦਾ ਮੁੱਕ ਰਿਹਾ ਹੈ, ਇਸ ਵਿੱਚ ਕੋਈ ਸ਼ੰਕਾ ਨਹੀਂ। ਸਤਿਗੁਰ ਬਾਣੀ ਵਿੱਚ ਆਖਦੇ ਨੇ ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਵ ਘਟੇ ਤਨ ਸ਼ੀਜੇ। ਸਮਾਂ ਇੱਕ ਇੱਕ ਕਰਕੇ ਸਵਾਸ ਜੀਵਨ ਵਿੱਚੋਂ ਮੁੱਕਦੇ ਜਾ ਰਹੇ ਨੇ, ਪਤਾ ਨਹੀਂ ਇਹ ਸਵਾਸਾਂ ਦਾ ਭੰਡਾਰਾ ਕਦੋਂ ਖਤਮ ਹੋ ਜਾਣਾ ਹੈ। ਇਸ ਵਾਸਤੇ ਸਤਿਗੁਰੂ ਕਹਿੰਦੇ ਹਰ ਇੱਕ ਸਾਦੇ ਨਾਲ ਉਸ ਮਾਲਕ ਨੂੰ ਜਪਣਾ ਕਰ, ਕਿਉਂਕਿ ਪਤਾ ਹੀ ਮੇਰੀ ਜਿੰਦੜੀ ਮਤ ਕੇ ਜਾਪੇ ਸਾ ਆਵੇ ਕੇ ਨਾ ਆਵੇ ਰਾਮ।
ਪਤਾ ਨਹੀਂ ਸਾਹ ਕਦੋਂ ਮੁੱਕ ਜਾਂਦੇ ਨੇ, ਆਖਰੀ ਸਾਹ ਕਦੋਂ ਵਰਤਿਆ ਜਾਣਾ। ਬਸ ਭੁਲੇਖੇ ਵਿੱਚ ਜੀ ਰਹੇ ਹਾਂ ਕਿ ਹਾਲੀ ਹੋਰ ਸਾਹ ਹੈਗੇ ਨੇ, ਲੇਕਿਨ ਪਿਆਰਿਓ ਸਾਹ ਦੀ ਲੜੀ ਕਿਸ ਵੇਲੇ ਟੁੱਟ ਜਾਣੀ ਹੈ ਇਹ ਤਾਂ ਸਜਣ ਸੱਚ ਹੈ। ਇਸ ਜਗਤ ਵਿੱਚ ਆਏ ਹਾਂ ਕੁਝ ਸਮੇਂ ਵਾਸਤੇ, ਕਿਤਨੇ ਸਮੇਂ ਵਾਸਤੇ ਆਇਆ ਇਹ ਕੋਈ ਨਹੀਂ ਜਾਣਦਾ, ਇਹ ਤਾਂ ਸਮਾਂ ਦੇਣ ਵਾਲਾ ਜਾਣਦਾ। ਇਹ ਵੀ ਸੱਚ ਹੈ ਕਿ ਇਹ ਸਮਾਂ ਕਦੋਂ ਪੂਰਾ ਹੋ ਜਾਣਾ ਹੈ ਇਹ ਵੀ ਉਹੀ ਜਾਣਦਾ ਜੋ ਜਨਮ ਲੈ ਕੇ ਬੈਠੇ ਹਾਂ। ਸਤਿਗੁਰ ਕਹਿੰਦੇ ਜਨਮ ਤੋਂ ਪਹਿਲਾਂ ਸਮਾਲਕ ਨੇ ਭਲਿਆ ਤੇਰਾ ਮਰਨਾ ਲਿਖਿਆ ਹੈ, ਨਿੱਕ ਯਤਨ ਕਰ ਕਾਲ ਸੰਤਾਏ ਮਰਨ ਲਿਖਾਏ ਮੰਡਲ ਮੈਂ ਆਇਆ। ਇਸ ਵਾਸਤੇ ਇਸ ਗੱਲ ਦਾ ਕਿਸੇ ਨੂੰ ਪਤਾ ਨਹੀਂ ਕਿ ਨਹਿ ਬਾਰਕ ਨਹਿ ਜੋਬਣੇ ਨਹਿ ਵਿਰਦੀ ਕਿਛ ਬੰਧ, ਉਹ ਮੇਰਾ ਨਾ ਬੂਝੀਏ ਜੋ ਆਏ ਪਰੇ ਜਮ ਫੰਦ। ਜਮਾਂ ਦੀ ਫਾਹੀ ਕਦੋਂ ਕਿਸ ਦੇ ਗੱਲ ਵਿੱਚ ਕਿਤੇ ਪੈ ਜਾਣੀ ਹੈ ਇਸ ਗੱਲ ਦਾ ਪਤਾ ਹੀ, ਕਿਉਂਕਿ ਸਤਿਗੁਰ ਕਹਿੰਦੇ ਭਲਿਆ ਜਦੋਂ ਮਾਂ ਦੀ ਕੁੱਖ ਵਿੱਚ ਤੂੰ ਪਹਿਲਾ ਸਾਹ ਲਿਆ, ਪਹਿਲੇ ਸਾਹ ਦੇ ਨਾਲ ਹੀ ਮੌਤ ਤੇਰੇ ਨਾਲ ਚੱਲ ਪਈ, ਕਿਉਂਕਿ ਇਨਸਾਨ ਦੀ ਜਿਹੜੀ
ਮਿਆਦ ਹੈ ਨਾ। ਵਾਹਿਗੁਰੂ 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 ਵਾਹਿਗੁਰੂ।
ਕਿਉਂਕਿ ਨਾਮ ਹੀ ਸਹਾਇਕ ਹੈ। ਜਿੱਥੇ ਮਾਂ ਦੀ ਕੁੱਖ ਵਿੱਚ ਜਠਰ ਤੋਂ ਜੀਵ ਦੀ ਰੱਖਿਆ ਕਰਦਾ ਹੈ, ਉੱਥੇ ਸਮਾਇਆ ਵੀ ਸੰਸਾਰ ਵਿੱਚ
ਨਾਮ ਜਪਣ ਵਾਲਿਆਂ ਦੀ ਮਾਲਕ ਰੱਖਿਆ ਕਰਦਾ ਹੈ। ਇੱਥੇ ਹੀ ਬਸ ਨਹੀਂ, ਨਾਮ ਜਪਣ ਜਿਵੇਂ ਇਸਨੂੰ ਸਮਝਣ ਵਾਸਤੇ ਇੱਕ ਲੱਕੜਹਾਰਾ ਜੋ ਜੰਗਲ ਵਿੱਚ ਰੋਜ਼ ਜਾਂਦਾ ਹੈ, ਅੱਜ ਉਸਨੇ ਦੇਖਿਆ ਕਿ ਇੱਕ ਇਨਸਾਨ ਜੋ ਕੁਸ਼ਾਕੋ ਰਾਜਾ ਲੱਗਦਾ ਹੈ ਜੰਗਲ ਵਿੱਚ ਬੜੀ ਤਰਸਯੋਗ ਹਾਲਤ ਵਿੱਚ ਉਸਨੂੰ ਮਿਲਿਆ, ਕਿਉਂਕਿ ਉਹ ਰਾਜਾ ਜੰਗਲ ਵਿੱਚ ਭਟਕ ਗਿਆ, ਭੁੱਖਾ ਪਿਆਸਾ ਉਹ ਮਰਨ ਕਿਨਾਰੇ ਪਹੁੰਚ ਗਿਆ। ਲੱਕੜਹਾਰਾ ਜੋ ਰੋਜ਼ ਆਉਂਦਾ ਸੀ ਆਪਣੇ ਨਾਲ ਖਾਣ ਪੀਣ ਦੀ ਸਮੱਗਰੀ ਲੈ ਕੇ ਜਾਂਦਾ ਸੀ, ਛੇਤੀ ਨਾਲ ਰਾਜੇ ਨੂੰ ਕੁੱਝ ਖਾਣ ਨੂੰ ਦਿੱਤਾ, ਕੁੱਝ ਪੀਣ ਨੂੰ ਦਿੱਤਾ, ਰਾਜੇ ਦੇ ਚਿਹਰੇ 'ਤੇ ਫਿਰ ਜਾਨ ਆਈ ਥੋੜ੍ਹੀ। ਰਾਜਾ ਬਹੁਤ ਖੁਸ਼ ਹੋਇਆ ਕਿਉਂਕਿ ਉਸ ਲੱਕੜਹਾਰੇ ਨੇ ਉਸਨੂੰ ਜੰਗਲ ਵਿੱਚੋਂ ਨਿਕਲਣ ਦਾ ਰਸਤਾ ਵੀ ਦੱਸ ਦਿੱਤਾ, ਵਿੱਚੋਂ ਇੱਕ ਕੀਮਤੀ ਮੁੰਦਰੀ ਉਤਾਰ ਕੇ ਉਸਨੂੰ ਦੇ ਦਿੱਤੀ। ਅਖੰਡ ਕਾ ਤੂੰ ਮੇਰੀ ਜਾਨ ਬਚਾਈ ਹੈ, ਇਸ ਮੁੰਦਰੀ ਨੂੰ ਨਿਸ਼ਾਨੀ ਦੇ ਤੌਰ 'ਤੇ ਆਪਣੇ ਕੋਲ ਰੱਖ ਲੈ, ਜਦੋਂ ਕਿਉਂਕਿ ਪਿਆ ਦਿਓ ਇਹ ਵਾਲੀ ਬੋਲਣਾ ਕਿ ਜੋ ਸਾਨੂੰ ਦਾਤ ਦਿੰਦਾ ਜੋ ਸਾਡੇ ਤੇ ਪਾਰੋਕ ਕਰਦਾ ਹੈ ਉਸਨੂੰ ਭੁੱਲਣਾ ਨਹੀਂ ਚਾਹੀਦਾ। ਭਲੇ ਉਸ ਮਾਲਕ ਵਾਹਿਗੁਰੂ ਅਕਾਲ ਪੁਰਖ ਨੇ ਸਾਡੇ ਤੇ ਕਿਤਨਾ ਵੱਡਾ ਉਪਕਾਰ ਕੀਤਾ, ਸਾਨੂੰ ਅਨੁੱਖਾ ਜਿਹੀ ਬਖਸ਼ ਦਿੱਤੀ, ਲੇਕਿਨ ਅਸੀਂ ਫਿਰ ਵੀ ਉਸ ਮਾਲਕ ਨੂੰ ਭੁੱਲੇ ਬੈਠੇ। ਰਾਜੇ ਨੇ ਉਸਨੂੰ ਬਹੁਤ ਸਤਿਕਾਰ ਦਿੱਤਾ ਤੇ ਫਿਰ ਇਨਾਮ ਦੇ ਵਜੋਂ ਉਸਨੂੰ ਇੱਕ ਵੱਡਾ ਸਾਰਾ ਬਾਗ ਦੇ ਦਿੱਤਾ ਜਿਸ ਵਿੱਚ ਚੰਦਨ ਦੇ ਬਹੁਤ ਸਾਰੇ ਰੁੱਖ ਲੱਗੇ ਨੇ। ਤੇ ਰਾਜਾ ਆਖਦਾ ਹੈ ਕਿ ਇਹ ਬਾਗ ਤੇਰਾ ਹੈ, ਅੱਜ ਤੋਂ ਤੂੰ ਇਸ ਦਾ ਮਾਲਕ ਹੈ, ਜਿਵੇਂ ਚਾਹੀ ਇਸ ਬਾਗ ਨੂੰ ਵਰਤ। ਬੜਾ ਖੁਸ਼ ਹੋਇਆ, ਚੰਦਨ ਦੇ ਬਾਗ ਵਿੱਚ ਜਾ ਕੇ ਇੱਕ ਲੱਕੜੀ ਦਾ ਚੰਦਨ ਦਾ ਡੰਡਾ ਕਰਦਾ ਹੈ, ਕੁਹਾਰੇ ਨੂੰ ਦਸਤਾ ਪਾਉਂਦਾ ਹੈ ਤੇ ਫਿਰ ਮਨ ਵਿੱਚ ਸੋਚਦਾ ਹੈ ਕਿ ਹੁਣ ਜੰਗਲ ਵਿੱਚ ਜਾਣ ਦੀ ਕੋਈ ਲੋੜ ਨਹੀਂ ਕਿਉਂਕਿ ਮੇਰੇ ਕੋਲ ਰੁੱਖ ਬਹੁਤ ਮਿਲ ਗਏ ਨੇ। ਹੁਣ ਚੰਦਨ ਦੇ ਰੁੱਖ ਨੂੰ ਕੱਟ ਕੇ ਉਸਦੇ ਟੁਕੜੇ ਕਰਕੇ ਉਸਨੂੰ ਅੱਗ ਲਾ ਕੇ ਸਾੜ ਕੇ ਕੋਲਾ ਕਰਕੇ ਗੱਡੇ ਤੇ ਲੱਦ ਕੇ ਬਾਜ਼ਾਰ ਵਿੱਚ ਵੇਚਦਾ ਹੈ। ਹੁਣ ਰੋਜ਼ ਦਾ ਕਰਮ ਹੈ ਕਿ ਇੱਕ ਰੁੱਖ ਨੂੰ ਕੱਟ ਕੇ ਸਾੜ ਕੇ ਕੋਲਾ ਕਰਕੇ ਬਾਜ਼ਾਰ ਵਿੱਚ ਵੇਚ ਆਉਂਦਾ ਹੈ। ਪਿਆਰਿਓ, ਭਾਵੇਂ ਹਜ਼ਾਰਾਂ ਰੁੱਖ ਕਿਉਂ ਨਾ ਹੁੰਦੇ, ਇੱਕ ਦਿਨ ਮੁੱਕ ਹੀ ਜਾਣੇ ਸਨ। ਇੱਕ ਇੱਕ ਕਰਕੇ ਸਾਰੇ ਰੁੱਖ ਮੁੱਕ ਗਏ। ਅੱਜ ਆਖਰੀ ਰੁੱਖ ਵੀ ਸਾੜ ਕੇ ਜਦੋਂ ਕੋਲਾ ਕਰ ਦਿੱਤਾ ਹੈ, ਗੱਡੇ ਤੇ ਲੱਦ ਕੇ ਜਦੋਂ ਤੁਰਿਆ ਵੇਚਣ ਵਾਸਤੇ, ਮਨ ਨੇ ਆਖਿਆ ਭਲਿਆ ਅੱਗੇ ਤਾਂ ਤੂੰ ਮੁੜ ਇੱਥੇ ਆ ਕੇ ਲੱਕੜ ਕੱਟਣੀ ਹੁੰਦੀ ਸੀ, ਕੁਹਾੜਾ ਬਾਗ ਵਿੱਚ ਹੀ ਕਿਤੇ ਰੱਖ ਲੈਂਦਾ, ਭਲਿਆ ਹੁਣ ਤਾਂ ਕੋਈ ਰੁੱਖ ਬਚਿਆ ਨਹੀਂ, ਕੁਹਾੜਾ ਵੀ ਨਾਲ ਹੀ ਲੈ ਚੱਲਦਾ। ਮਨ ਦੀ ਮੰਨ ਕੇ ਕੁਹਾੜਾ ਵੀ ਚੁੱਕ ਲਿਆ। ਹੁਣ ਜੇ ਸ਼ਾਹੂਕਾਰ ਕੋਲ ਰੋਜ਼ ਜਾਂਦਾ ਹੈ ਲੱਕੜ ਵੇਚਣ ਵਾਸਤੇ, ਉਸ ਸ਼ਾਹੂਕਾਰ ਕੋਲ ਜਦੋਂ ਗਿਆ ਤਾਂ ਸ਼ਾਹੂ ਉਸਨੂੰ ਇਵੇਂ ਸੁੰਘਦਾ ਹੈ ਜਿਵੇਂ ਕੋਈ ਕੁੱਤਾ ਸੁੱਕ ਰਿਹਾ ਹੋਵੇ। ਇਹ ਦੇਖ ਕੇ ਲੱਕੜਹਾਰਾ ਬੜਾ ਹੈਰਾਨ ਹੋਇਆ ਤੇ ਆਖਣ ਲੱਗਾ, ਇਹ ਕੀ ਕਰ ਰਿਹਾ, ਕਿਵੇਂ ਸੁੰਘ ਰਹੇ ਹੋ ਮੈਨੂੰ? ਤੇ ਆਖਣ ਲੱਗੇ, ਭਰਿਆ ਤੇਰੇ ਕੋਲੋਂ ਅੱਜ ਖੁਸ਼ਬੂ ਬੜੀ ਆ ਰਹੀ, ਤੂੰ ਰੋਜ਼
ਸੁਬਿਰਤ ਵੱਲੋਂ ਹੋਈਆਂ ਕੀਰਤਨ ਕਰਦੇ ਹਨ, ਕਥਾ ਵਿਚਾਰ ਕਰਦੇ ਹਨ, ਕਿਉਂਕਿ ਬੱਚੇ ਹਾਂ, ਅਣਜਾਣ ਹਾਂ, ਸਤਿਗੁਰ ਜੀ ਦੀ ਬਾਣੀਆਂ ਦਾ ਅਨੁਭਵ ਹੈ, ਸਤਿਗੁਰ ਕਿਰਪਾ ਕਰਨ ਹੋਈਆਂ ਭੁੱਲਾਂ ਵਾਸਤੇ ਖੇਮਾ ਬਖਸ਼ਦੇ ਹਨ, ਅਗਾਂਹ ਤੋਂ ਸਮਰਥ ਬਖਸ਼ਣ, ਪੜ੍ਹੀ ਸੁਣੀ ਬਾਣੀ ਸਾਰੀਆਂ ਸੰਤਾਂ ਦਾਸਾਂ ਦੇ ਹਿਰਦਿਆਂ ਵਿੱਚ ਵੱਸ ਜਾਵੇ, ਐਸੀ ਸਤਿਗੁਰ ਕਿਰਪਾ ਕਰਨ। ਸੁਬਿਰਤ ਵੱਲੋਂ ਪਿਆਰਿਆਂ ਨੇ ਕੀਰਤਨ ਦੇ ਸਤਿਕਾਰ ਦਾ ਬਿੰਦ ਮੈਂ ਹਾਜ਼ਰੀ ਭਰੀ, ਬਿਨ ਬੋਲੀਆਂ ਸਭ ਕਿਸ ਜਾਂਦਾ, ਸਤਿਗੁਰ ਸਭਨਾਂ ਦੀ ਹਾਜ਼ਰੀ ਦਾ ਪ੍ਰਵਾਨ ਕਰਨ। ਦਰੋਂ ਕਰੋ ਸਿੱਖੀ ਸਿੱਖ ਭਰੋਸਾ ਨਾਮ ਪਰ ਪਰਿਵਾਰੋਂ ਵਿੱਚ ਸੁੱਖ ਚੜ੍ਹਦੀ ਕਲਾ ਸਤਿਗੁਰ ਜੀ ਬਖਸ਼ਿਸ਼ ਕਰ। ਸੋਹਣਾ ਨਾਲ ਸਿੱਖ ਦਾ ਕੀਰਤਨ ਸਾਰੀਆਂ ਸੰਗਤਾਂ ਮਿਲ ਕੇ ਕਰੋ ਰਸਨ। ਸਿੱਖੋ ਸ਼ਬਦ ਪਿਆਰ ਹੋ ਜਨਮ ਮਰੂ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ। ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਂ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਮੇਰੇ
ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲ ਕਹਿ ਨਾਮ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੀ ਸਾਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜੀ ਭੁੱਖਾਂ ਸਭ ਦਵਾਈਆਂ ਕਲ ਸ਼ਾਂਤ ਸੁਖ ਮਨ ਆਏ ਵਸਿਆ ਦਿਲ ਇਸ਼ਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਮਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਦਵਾ ਕੇ ਕਸ ਪਾ ਕੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਗੋਤ ਬੁੱਧ ਵਾਸ ਕੀਤੇ ਕਾਲ ਕੰਠ ਕੁਮਾਰਿਆ ਕੋ ਕਰਮ ਪਾਇਆ ਤੁਮ ਦਿਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਵਾ ਦੁਖ ਕਰ ਅਨਹਦ ਵਾਜੇ ਅਨੰਦ ਸੁਣੋ ਵਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਮਟੂਰੇ ਦੁਖ ਰੋਗ ਸੰਤਾਪੀ ਉਤਰੇ ਸੁਨੇ ਸੱਚੀ ਬਾਣੀ ਸੰਤ ਸਾਧਨ ਪਏ ਸਰਸੇ ਪੂਰੇ ਗੁਰਵੇ ਨਾ ਸੁਣ ਕੇ ਪੁਨੀਤ ਕਰਕੇ ਪਵਿੱਤ ਸਤ ਹੁਲਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਪਾਜੇ ਅਨਹਦ ਤੂਏ ਸੁਣੋ ਅਰਜਨ ਹਰ ਗੋਬਿੰਦਨ ਸਿਮਰਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਕਰਨ ਜਾਵੈ ਧਰੈ ਸਭ ਥਾਈ ਹੋਇ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਇ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜਦਾਰ ਵਚਨ ਕਰਕੇ ਪੰਜਾਂ ਪਿਆਰਿਆਂ ਚੋਂ ਸਾਜਾਂ ਚਾਲੀਆਂ ਮੁਕਦਿਆਂ ਹੱਜੀਆਂ ਜਪੀਆਂ ਤਪੀਆਂ ਜਿੰਨਾ ਆਪਦਾ ਨਾਮ ਜਪਿਆ ਵੰਡ ਕੇ ਛਕਿਆ ਦੇਖ ਲਾਈ ਤੇ ਗਵਾਈ ਦੇ ਕੇ ਨਿਰ ਕੀਤਾ
ਤਿਨਾ ਪਿਆਰਿਆ ਸਚਾਰਿਆਂ ਦੀ ਕਮਾਈ ਦਾ ਧੰਨ ਕਰਕੇ ਖਾਲਸਾ ਜੀ ਬਾਲਾ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਚੇਚੜੇ ਤਨ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸੇਖੇ ਕੈਸਾ ਸਵਾਸਾ ਸਾਗ ਨਭਾਏ ਤਿਨਾਂ ਦੀ ਕਮਾਈ ਦਾ ਧੰਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤ ਸਰਬੱਤ ਗੁਰਦੁਆਰਿਆਂ ਦਾ ਧੰਨ ਕਰਕੇ ਬੋਲੋ ਜੀ ਪਛਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚੇਤੇ ਆਵੇ ਚੇਤੇ ਆਵਣ ਕਹ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਹੇ ਤਿੰਨ ਤਿੰਨ ਫਤਿਹ ਬਿਰਧ ਕੀ ਪੈਰ ਪੰਥ ਕੇ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਰੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਉ ਦਾਨ ਭਰੋਸਾ ਦਾਨ ਦਾਨਾਂ ਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾਜ ਕਰ ਭਲੋ ਜੀ ਸਤਿਗੁਰ ਜੀਓ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੇ ਮਤ ਪਤ ਦਾ ਰੱਖ ਆਪ ਕਾਲ ਪੁਰਖ ਵਾਹਿਗੁਰੂ ਹੈ ਆਪਣੇ ਪੰਥ ਦੇ ਸਦਾ ਸੁਹਾਈ ਤਾਰ ਜੀ ਸ੍ਰੀ ਗੁਰੂ ਕਾਰਨ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵੀ ਛੋੜਿਆ ਗਿਆ ਹੈ ਜਿਨ੍ਹਾਂ ਦੇ ਖੁੱਲੇ ਦਰਸ਼ਨ ਦਾਰੇ ਸੇਵਾ ਸੁਭਾਅ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਨੂੰ ਮਾਰਿਆ ਦੇ ਮਾਨ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ 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 ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਪਾਵਨ ਪਵਿੱਤਰ ਮੁਬਾਰਕ ਹਜੂ ਚਰਨਾਂ ਵਿੱਚ ਅਰਦਾਸ ਬੇਨਤੀ ਪ੍ਰਾਰਥਨਾ ਹੈ ਸਤਿਗੁਰੂ ਜੀ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਭਾਈ ਸਾਹਿਬ ਭਾਈ ਮੋਹਨ ਸਿੰਘ ਜੀ ਸਗੋਂ ਜੋ ਕਿ ਆਪ ਜੀ ਦੇ ਭੇਜੇ ਸਮਾਤ ਲੋਕ ਵਿੱਚ ਆਏ ਜਿੰਨੀ ਆਪ ਜੀ ਨੇ ਸਵਾਸਾ ਰੂਪੀ ਪੂੰਜੀ ਬਖਸ਼ਿਸ਼ ਕਰਕੇ ਇਸ ਸਮਾਤ ਲੋਕ ਭੇਜਿਆ ਸੀ ਤਿਨਾਂ ਨੂੰ ਭੋਗਦੇ ਹੋਏ ਸੰਸਾਰਕ ਯਾਤਰਾ ਨੂੰ ਸੰਪੂਰਨ ਕਰਦੇ ਹੋਏ ਸਤਿਗੁਰੂ ਜੀ ਪਰਲੋਕ ਗਮਨ ਕਰਕੇ ਹਨ ਉਹਨਾਂ ਦੇ ਨਿਮਿੱਤ ਆਪ ਜੀ ਦੀ ਦੱਸੀ ਹੋਈ ਮਰਜ਼ਾਦਾ ਅਨੁਸਾਰ ਖੁੱਲੇ ਪੜਾਣ ਲਈ ਸਤਿਗੁਰੂ ਜੀ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀ ਦੇ ਪਾਵਨ ਪਵਿੱਤਰ ਫਰਮਾਨ ਅਨੁਸਾਰ ਸਤਿਗੁਰ ਜੀ ਹਰੀ ਜਸ ਕੀਰਤਨ ਹੋਇਆ ਸਭੇ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਰਾਗੀ ਜਥੇਰੀ ਚੜ੍ਹਦੀ ਕਲਾ ਕਰਨੀ ਜੀ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨੀ ਸਰਬੱਤ ਦਾ ਤਿਲ ਫੁੱਲ ਭੇਟਾ ਪ੍ਰਵਾਨ ਕਰਨਾ ਸਤਿਗੁਰ ਜੀ ਸਮੂਹ ਪਰਿਵਾਰ ਨੇ ਧਾਰਮਿਕ ਅਸਥਾਨਾਂ ਵਾਸਤੇ ਬੇਅੰਤ ਮਾਇਆ ਭੇਟਾ ਕੀਤੀ ਸਤਿਗੁਰ ਜੀ ਜਿਨ੍ਹਾਂ ਖਜ਼ਾਨਿਆਂ 'ਚ ਮਾਇਆ ਆਈ ਸਤਿਗੁਰ ਜੀ
ਖਜ਼ਾਨੇ ਭਰਪੂਰ ਕਰ ਲੈ, ਕਾਲ ਕੰਟਕ ਦੂਰ ਕਰਨਾ ਜੀ। ਸਤਿਗੁਰ ਜੀ ਲੇਖਿਆ ਫਤਿਹ ਨਾ ਛੁੱਟੀਐ, ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ। ਨਾਨਕ ਪਾਰ ਉਤਾਰ ਇਸ ਮਾਤ ਲੋਕ ਵਿੱਚ ਆਣ ਕੇ ਜੀਵ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਕਰਦਾ। ਸਤਿਗੁਰ ਜੀ ਭੁੱਲਾਂ ਨਾ ਚਿਤਾਰਨੀਆਂ, ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ, ਪਿੱਛੇ ਸਮੂਹ ਪਰਿਵਾਰ ਦਾ ਭਲਾ ਕਰਨਾ, ਗੁਰੂ ਘਰ ਨਾਲ ਜੋੜਨਾ, ਆਪਣਾ ਆਸ਼ੀਰਵਾਦ ਰੱਖਣਾ ਜੀ। ਸਤਿਗੁਰ ਜੀ ਕੀਰਤਨ ਦੀ ਸਮਾਪਤੀ ਹੈ, ਭੁੱਲ ਚੁੱਕ ਮੁਆਫ ਕਰਨੀ। ਆਪ ਜੀ ਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਸੇਵਕਾਂ ਵੱਲੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ। ਜੋ ਛਕੇ ਸਵਾਬ ਦਾ ਪੁੱਤਰ ਨਾਮ ਸਤਨਾਮ, ਵਾਹਿਗੁਰੂ ਜਪੇ ਸਹੀ ਪਿਆਰੇ ਮੇਲੋ, ਜਿੰਨਾ ਮਿਲੇ ਆਪ ਜੀ ਦਾ ਪੁੱਤਰ ਨਾਮ ਜਿੱਤਿਆ ਵੈ, ਸੁਖ ਹੋਵੇ ਨਾਮ ਜਿੱਤਿਆ ਵੈ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਅੱਜ ਅਸੀਂ ਬਹੁਤ ਹੀ ਵਿਵਾਦਮਈ ਸਮੇਂ ਵਿੱਚ ਬੈਠੇ ਹਾਂ। ਮੇਰੀ ਮੁਰਾਦ ਸਾਡੇ ਸਤਿਕਾਰਯੋਗ ਸਰਦਾਰ ਮੋਹਨ ਸਿੰਘ ਜੀ ਸਤਿਗੁਰੂ, ਜੋ ਕਿ ਪਿਛਲੇ ਦਿਨ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਕੇ ਪ੍ਰਲੋਕ ਗਮਨ ਕਰ ਗਏ ਸਨ, ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਇਕੱਤਰ ਹੋਏ ਹਨ। ਸਤਿਗੁਰ ਸੱਚੇ ਪਾਤਸ਼ਾਹ ਨੇ ਜਿੰਨੀ ਸਵਾਸਾਂ ਰੂਪੀ ਪੂੰਜੀ ਸਖੂ ਸਾਹਿਬ ਨੂੰ ਦੇ ਕੇ ਸੰਸਾਰ 'ਤੇ ਭੇਜਿਆ ਸੀ, ਉਸ ਨੂੰ ਭੋਗਦੇ ਹੋਏ ਪ੍ਰਲੋਕ ਗਮਨ ਕਰ ਗਏ। ਮੌਤ ਇੱਕ ਅਟੱਲ ਸੱਚਾਈ ਹੈ, ਉਹ ਸਾਹਿਬਾਂ ਨੇ ਬਹੁਤ ਉਪਦੇਸ਼ ਲਿਖਿਆ ਪਰ ਵਿੱਚ, ਜੋ ਆਇਆ ਸੋ ਚੱਲ ਸੀ ਸਭ ਉਹ ਆਈ ਵਾਰੀਏ, ਜਿਸ ਕੇ ਵੀ ਪ੍ਰਾਣ ਹੈ ਕਿਉਂ ਸਾਹਿਬ ਮੋ ਵਸਾਰੀਏ, ਆਪਣ ਅਸੀਂ ਆਪਣਾ ਪੇਹੀ ਕਾਲ ਸਵਾਰੀਏ। ਰਾਮ ਗਿਓ ਰਾਵਣ ਗਿਓ ਜਗ ਬਹੁ ਪਰਿਵਾਰ, ਕਹੋ ਨਾਨਕ ਸਿਰ ਕਿਛ ਨਹੀਂ ਸੁਪਨੇ ਜਿਉ ਸੰਸਾਰ। ਸੱਚੇ ਪਾਤਸ਼ਾਹ ਨੇ ਨਾਲ ਹੌਂਸਲਾ ਵੀ ਦਿੱਤਾ ਕਿ ਪ੍ਰਾਣੀ ਤੋਂ ਚਿੰਤਾ ਨਾ ਕਰ, ਇਹ ਭਾਣਾ ਸਿਰ ਤੇਰੇ ਨਾਲ ਹੀ ਵਰਤਣਾ, ਇਹ ਸਾਰੇ ਸੰਸਾਰ 'ਤੇ ਹੈ, ਚਿੰਤਾ ਤਾਂ ਕੀ ਕੀਜੀਏ, ਜੋ ਅਣ ਹੋਈ ਹੋਏ ਇਹ ਮਾਰਗ ਸੰਸਾਰ 'ਤੇ, ਨਾਨਕ ਥਿਰ ਨਹੀਂ ਕੋਈ ਇਸ ਸੰਸਾਰ 'ਤੇ, ਕੋਈ ਵੀ ਥਿਰ ਨੇ ਜੋ ਜੀ ਹੈ ਉਸਨੇ ਕਾਲ ਵਸ ਪੜ੍ਹਨਾ ਹੈ। ਜਿਨ੍ਹਾਂ ਦੇਵੀ ਦੇਵਤਿਆਂ ਦੀ ਅਸੀਂ ਪੂਜਾ ਕਰਦੇ ਹਾਂ ਉਹ ਵੀ ਸਾਰੇ ਕਾਲ ਵਸ ਪੜ੍ਹ ਗਏ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸਿਰਜੂਪ ਤਰਾ, ਕਾਲ ਪਾਏ ਕਾ ਜਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਇਸ ਸੰਸਾਰ 'ਤੇ ਸਾਰੀ ਕਾਲ ਦੀ ਖੇਡ ਵਰਤਣ ਰਹੀ ਹੈ, ਤੂੰ ਸੱਚੇ ਪਾਤਸ਼ਾਹ ਦੇ ਜਿੰਨੀ ਸਵਾਸਾਂ ਰੂਪੀ ਪੂੰਜੀ ਬਖਸ਼ੀ ਸੀ ਉਸ ਨੂੰ ਭੋਗਦੇ ਹੋਏ ਸੱਗੂ ਸਾਹਿਬ ਪ੍ਰਲੋਕ ਗਮਨ ਕਰ ਗਏ ਹਨ, ਜਿਹੜੀਆਂ ਬਹੁਤ ਉੱਘੀ ਸ਼ਖਸੀਅਤ ਸੀ, ਬਹੁਤ ਵੱਡੇ ਬਿਜ਼ਨਸਮੈਨ, ਬਹੁਤ ਮਲਾਪੜੇ ਔਰ ਬਹੁਤ ਸਮਾਜ ਸੇਵੀ। ਕੋਈ ਵੀ ਸਮਾਜ ਸੇਵਾ ਦਾ ਕੰਮ ਹੋਏ ਸਭ ਤੋਂ ਪਹਿਲਾਂ ਤਾਂ ਮੈਨੂੰ ਪਹਿਲ ਦਿਓ, ਕਿਉਂਕਿ ਮੇਰੇ ਨਾਲ ਬਹੁਤ ਜ਼ਿਆਦਾ ਵਿਚਰਦੇ ਰਹੇ ਨੇ ਅਤੇ ਮੈਨੂੰ ਟੈਲੀਫੋਨ ਕਰਕੇ ਕਹਿੰਦੇ ਵੀ ਮੈਨੂੰ ਕੋਈ ਸੇਵਾ ਨਹੀਂ ਬਖਸ਼ੀ ਤੁਸੀਂ, ਤਾਂ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਇਹ ਸ਼ੁਰੂ ਦਾ ਚੱਲ ਜਾਣਾ ਸਾਡੇ ਲਈ ਬਹੁਤ ਵੱਡਾ ਘਾਟਾ ਹੈ। ਬਹੁਤ ਸਾਰੀਆਂ ਸਿਆਸੀ ਬੰਦੇ, ਸਿਆਸੀ ਜੁ ਸਿਆਸੀ ਹਸਤੀਆਂ, ਧਾਰਮਿਕ ਜਥੇਬੰਦੀਆਂ, ਜਿਨ੍ਹਾਂ ਦੀ ਕਿ ਬਹੁਤ ਜ਼ਿਆਦਾ ਹੌਸਲਾ ਅਫਜਾਈ ਕਰਦੇ ਸਨ, ਸਾਰੇ ਇੱਥੇ ਸ਼ਰਧਾ ਦੀ ਫੁੱਲ ਭੇਟ ਕਰਨ ਲਈ ਆਏ ਹਨ। ਮੈਂ ਜ਼ਿਆਦਾ ਸਮਾਂ ਨਹੀਂ ਦੇ ਪਾਵਾਂਗਾ ਕਿਉਂਕਿ ਸਮਾਂ ਬਹੁਤ ਹੋ ਗਿਆ ਹੈ,
ਤੋਂ ਦੋ ਚਾਰ ਸੱਜਣ ਜਿਹੜੇ ਸੱਗੂ ਸਾਹਿਬ ਦੇ ਸ਼ਰਧਾ ਦੇ ਫੁੱਲ ਭੇਟ ਕਰਨਗੇ। ਸਭ ਤੋਂ ਪਹਿਲਾਂ ਸਾਡੇ ਮਾਣਯੋਗ ਸ੍ਰੀ ਅਸ਼ਵਨੀ ਸਿੱਖੜੀ ਜੀ ਸੱਚੇ ਪਾਤਸ਼ਾਹ ਦੀ ਸੰਗਤ ਦੇ ਸਨਮੁੱਖ ਹੋਣ ਵਿੱਚ ਸ੍ਰੀ ਗੁਰੂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਸਾਡੇ ਸ੍ਰੀ ਅਸ਼ਵਨੀ ਸਿੱਖੜੀ ਜੀ। ਫਤਿਹ ਸਾਂਝੀ ਕਰਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਗੂ ਸਾਹਿਬ ਇੱਕ ਬਹੁਤ ਉੱਚੀ ਸ਼ਖਸੀਅਤ ਸਨ। ਪਿਛਲੇ 30-35 ਸਾਲ ਤੋਂ ਮੈਂ ਉਹਨਾਂ ਨੂੰ ਬਹੁਤ ਨਜ਼ਦੀਕੀ ਤੌਰ 'ਤੇ ਜਾਣਦਾ ਸੀ। ਨਿੱਜੀ ਤੌਰ 'ਤੇ ਬਟਾਲੇ ਦੀ ਸਿਆਸਤ 'ਚ ਉਹਨਾਂ ਦਾ ਆਪਣਾ ਰੁਤਬਾ ਸੀ। ਨੋ ਡਾਊਟ ਕਿ ਸਾਡੀਆਂ ਪਾਰਟੀਆਂ ਅਲੱਗ ਅਲੱਗ ਸੀ। ਉਹ ਬੀਜੇਪੀ ਸਨ, ਮੈਂ ਅਕਾਲੀ, ਮੈਂ ਕਾਂਗਰਸ ਪਾਰਟੀ, ਪਰ ਉਹਨਾਂ ਦਾ ਜਿਹੜਾ ਪਿਆਰ ਔਰ ਸੁਨੇਹ ਮੇਰੇ ਨਾਲ ਸੀ ਕਦੀ ਭੁੱਲ ਨਹੀਂ ਸਕਦਾ। ਕਿਉਂਕਿ ਜਿਸ ਤਰ੍ਹਾਂ ਬਜ਼ੁਰਗ ਆਸ਼ੀਰਵਾਦ ਦਿੰਦੇ ਨੇ ਦਿਲੋਂ, ਜਦੋਂ ਮੈਂ ਉਹਨਾਂ ਨੂੰ ਨਮਸਕਾਰ ਕਰਨਾ ਜਾਂ ਪੈਰੀ ਹੱਥ ਲਾਉਣਾ ਤਾਂ ਉਹਨਾਂ ਉਸ ਤਰ੍ਹਾਂ ਹੀ ਮੈਨੂੰ ਆਪਣੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ। ਔਰ ਕਦੀ ਵੀ ਉਹਨਾਂ ਨੇ ਕੋਈ ਕਿਸੇ ਨਾਲ ਮਾੜੀ ਚੰਗੀ ਗੱਲ ਨਹੀਂ ਕੀਤੀ। ਹਮੇਸ਼ਾ ਹੀ ਸਮਾਜ ਦਾ ਔਰ ਲੋਕਾਂ ਦਾ ਭਲਾ ਚਾਹੁੰਦੇ ਸਨ। ਸਿਨੇਮਾ ਰੋਡ ਦੀ ਸ਼ਾਨ ਸਨ। ਸਾਡੇ ਪਰਿਵਾਰ ਦੀ ਵੈਸੇ ਵੀ ਬੜੀ ਕਰੀਬੀ ਰਿਸ਼ਤੇਦਾਰੀ ਹੈ। ਸਾਡੇ ਜੀਜਾ ਜੀ ਦੇ ਉਹ ਸਮਝੋ ਉਹਨਾਂ ਦੇ ਸਨੀਲਾ ਬ੍ਰਦਰ ਸਨ, ਔਰ ਪਰਿਵਾਰ ਦੇ ਵਿੱਚ ਬਹੁਤ ਵੱਡਾ ਘਾਟਾ ਪਿਆ। ਮੈਂ ਇਸ ਦੁੱਖ ਦੇ ਸਮੇਂ 'ਚ ਆਪਣੀ ਫੈਮਿਲੀ ਵੱਲੋਂ, ਆਪਣੀ ਪਾਰਟੀ ਵੱਲੋਂ ਸ਼ਰਧਾ ਦੇ ਫੁੱਲ ਅਰਪਿਤ ਕਰਨ ਆਇਆ ਔਰ ਅਰਦਾਸ ਕਰਦਾ ਵਾਹਿਗੁਰੂ ਉਹਨਾਂ ਨੂੰ ਆਪਣੇ ਚੰਨਾ ਸਥਾਨ ਦੇ ਔਰ ਸਾਰੇ ਪਰਿਵਾਰ ਨੂੰ ਇਹ ਭਾਣਾ ਮੰਨਣ ਦੀ ਸ਼ਕਤੀ ਦੇ। ਬਹੁਤ ਵੱਡਾ ਘਾਟਾ ਹੈ, ਦੁੱਖ ਬਹੁਤ ਹੈ, ਜ਼ਿਆਦਾ ਸਮੇਂ ਨਾ ਲੈਂਦਾ ਹੋਇਆ ਮੈਂ ਇੱਕ ਵਾਰ ਫਿਰ ਫਤਿਹ ਸਾਂਝੀ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸ਼੍ਰੀ ਸੁਰੇਸ਼ ਭਾਟੀਆ ਜੀ, ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ, ਉਹ ਵੀ ਸੱਚੇ ਪਾਤਸ਼ਾਹ ਸੰਗਤ ਦੇ ਬਿਰਾਜਮਾਨ ਨੇ। ਸੱਗੂ ਸਾਹਿਬ ਨਾਲ ਬਹੁਤ ਪਿਆਰ ਸੀ ਇਹਨਾਂ ਦਾ, ਦੋ ਮਿੰਟ ਵਾਸਤੇ ਵੀ ਸ਼ਰਧਾ ਫੁੱਲ ਭੇਟ ਕਰੀਏ ਸ਼੍ਰੀ ਭਾਟੀਆ ਜੀ। ਗੁਰੂ ਨਾਮ ਸਿਮਰਨ ਕਰਨ ਵਾਲੀ ਪਿਆਰੀ ਸਾਧ ਸੰਗਤ ਜੀ, ਰਲ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਗੂ ਸਾਹਿਬ ਦਾ ਅਸੀਂ ਅੰਤਿਮ ਅਰਦਾਸ ਦੇ ਵਿੱਚ ਸਭ ਇਕੱਠੇ ਹੋਏ ਹਾਂ ਔਰ ਦੂਰ ਦੂਰ ਤੱਕ ਮੇਰੀਆਂ ਮਾਤਾ ਭੈਣਾਂ, ਉੱਘੇ ਲੀਡਰ, ਧਾਰਮਿਕ ਜਥੇਬੰਦੀਆਂ ਦੇ ਲੀਡਰ ਔਰ ਇੰਡਸਟਰੀ ਜਿੱਥੇ ਬੈਠੇ ਦੇ ਨੇ, ਇਹ ਆਪਣੇ ਆਪ 'ਚ ਬਿਆਨ ਕਰਦੇ ਨੇ ਵੀ ਸੱਗੂ ਸਾਹਿਬ ਦੀ ਕਿਸ ਤਰ੍ਹਾਂ ਦੀ ਇੱਕ ਸ਼ਖਸੀਅਤ ਸੀ। ਜੇ ਮੈਂ ਕਹਾਂ, ਜਦੋਂ ਮੈਂ ਮਿਲਿਆ ਸੀ ਹਮੇਸ਼ਾ ਹੀ ਆਸ਼ੀਰਵਾਦ ਦਿੰਦੇ ਸੀ, ਬੜੇ ਮਿੱਠੇ ਬੋਲਣ ਵਾਲੇ ਸੀ, ਕਿਸੇ ਨਾਲ ਕਦੀ ਮਾੜਾ ਨਹੀਂ ਚੰਗਾ ਨਹੀਂ। ਔਰ ਮੈਂ ਕਹਿ ਸਕਦਾ ਵਾਂ, ਜੇ ਸੱਗੂ ਸਾਹਿਬ ਵਾਲੇ ਕੁਛ ਕਹਿਣਾ ਹੋਏ ਤਾਂ ਅਸੀਂ ਕਹਿ ਸਕਦੇ ਹੀ ਇਜ਼ ਏ ਮੈਨ ਆਫ ਫਾਈਟਰ। ਇੱਕ ਆਦਰਸ਼ਵਾਦੀ ਸੀ ਉਹਨਾਂ ਦਾ, ਇੱਕ ਆਦਰਸ਼ ਸੀ। ਔਰ ਮੈਂ ਕਹਿ ਸਕਦਾ ਪੂਰੀ ਜੀਵਨ ਦੇ ਵਿੱਚ ਮੈਂ ਬਹੁਤ ਛੋਟਾ ਉਹਨਾਂ ਤੋਂ, ਪਹਿਲਾਂ ਆਪਣੇ ਪੁਰਾਣੇ ਸੀਨੀਅਰ ਲੀਡਰਾਂ ਨੂੰ ਸੁਣਦਾ ਰਿਹਾ ਵਾਂ, ਜੋ ਜੋ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਵਾਸਤੇ ਕੰਮ ਕੀਤਾ, ਇਸ ਸਮਾਜ ਵਾਸਤੇ ਕੰਮ ਕੀਤਾ। ਉਸ ਤੋਂ ਬਾਅਦ ਚੋਂ ਲਗਭਗ ਪਿਛਲੇ 15 ਸਾਲ ਤੋਂ ਉਹਨਾਂ ਦਾ ਆਸ਼ੀਰਵਾਦ ਲੈਣ ਦਾ ਮੌਕਾ ਵੀ ਮਿਲਿਆ, ਉਹਨਾਂ ਤੋਂ ਸਿੱਖਣ ਦਾ ਮੌਕਾ ਵੀ ਮਿਲਿਆ। ਔਰ ਮੈਂ ਕਹਿ ਸਕਦਾ ਵੀ ਸੱਗੂ ਸਾਹਿਬ ਜਿੱਧਰ ਚੱਲਦੇ ਸੀ ਉਸ ਪਾਸੇ ਹੀ ਰਹਿੰਦੇ ਸੀ।
ਉਹਨਾਂ ਨੇ ਕਦੇ ਇਹ ਨਹੀਂ ਦੇਖਿਆ ਵੀ ਮੇਰਾ ਦੋਸਤ ਇਹਦੇ ਨਾਲ ਮੇਰਾ ਨੁਕਸਾਨ ਹੈਗਾ, ਮੈਂ ਦੋਸਤੀ ਛੱਡ ਦਵਾਂ, ਮੇਰੀ ਪਾਰਟੀ ਨਾਲ ਚੱਲਣਾ ਨੁਕਸਾਨ ਹੋਏਗਾ, ਜਿਹਨਾਂ ਰਹਿਣਾ ਮੈਂ ਆਖਰ ਤੱਕ ਰਹਿਣਾ। ਔਰ ਮੈਂ ਇਹ ਗੱਲ ਤਾਂ ਕਹਿਣਾ ਪਿਆ ਵਾ, ਅੱਜ ਕੱਲ੍ਹ ਦੇ ਸਮਾਜ ਦੇ ਵਿੱਚ ਬਹੁਤ ਘੱਟ ਲੋਕ ਨੇ ਜਿਹੜੇ ਆਪਣਾ ਫਾਇਦਾ ਨੁਕਸਾਨ ਨਾ ਵੇਖ ਕੇ ਆਪਣੇ ਦੋਸਤਾਂ 'ਚ, ਆਪਣੇ ਸੰਬੰਧਾਂ 'ਚ, ਆਪਣੇ ਪਰਿਵਾਰ 'ਚ ਵਿਚਰਦੇ ਨੇ, ਉਹ ਜਿਸ ਜਗ੍ਹਾ 'ਤੇ ਰਹਿੰਦੇ ਨੇ, ਜਿਸ ਵਿਚਾਰਧਾਰਾ 'ਤੇ ਪਹਿਰਾ ਦਿੰਦੇ ਨੇ, ਹਮੇਸ਼ਾ ਪਹਿਰਾ ਦਿੰਦੇ ਰਹਿੰਦੇ ਆ। ਉਹਨਾਂ ਦੇ ਜਾਣ ਨਾਲ ਇਕੱਲੇ ਇਸ ਪਰਿਵਾਰ ਨੂੰ, ਸੱਗੂ ਪਰਿਵਾਰ ਨੂੰ ਨੁਕਸਾਨ ਨਹੀਂ ਹੋਇਆ। ਪਹਿਲਾਂ ਵੀ ਬੁਲਾਰੇ ਬੋਲ ਕੇ ਗਏ ਨੇ, ਸੇਖਰੀ ਸਾਹਿਬ ਵੀ ਦੱਸਦੇ ਪਏ ਸੀ, ਭਾਰਤੀ ਜਨਤਾ ਪਾਰਟੀ ਨੂੰ ਨੁਕਸਾਨ ਹੋਇਆ ਹੋਇਆ, ਇਸ ਪਰਿਵਾਰ ਨੂੰ ਨੁਕਸਾਨ ਹੋਇਆ ਹੋਇਆ, ਧਾਰਮਿਕ ਜਥੇਬੰਦੀਆਂ ਨੂੰ ਨੁਕਸਾਨ ਹੋਇਆ ਹੋਇਆ। ਖਾਸ ਕਰਕੇ ਬਟਾਲੇ ਦੇ ਵਪਾਰੀ ਲੋਕ ਨੇ ਜਿਹੜੇ ਇਹਨਾਂ ਨੂੰ ਬੜੀ ਇੱਕ ਆਦਰ ਦੀ ਨਿਗਾਹ ਨਾਲ ਦੇਖਦੇ ਸੀ, ਉਹਨਾਂ ਨੂੰ ਬੜਾ ਵੱਡਾ ਇੱਕ ਨੁਕਸਾਨ ਹੋਇਆ ਵਾ ਸਿੱਖ ਸਾਹਿਬ ਦੇ ਜਾਣ ਦਾ। ਲੇਕਿਨ ਜੀਵਨ ਦੀ ਸੱਚਾਈ ਹੈ, ਜਿੰਨੇ ਆਉਣਾ ਵਾ ਉਹਨੇ ਵਾਪਸ ਜਾਣਾ, ਅਸੀਂ ਸਾਰੇ ਬੈਠੇ ਦੇ ਹਾਂ, ਅਸੀਂ ਵੀ ਵਾਪਸ ਜਾਣਾ। ਲੇਕਿਨ ਇਹ ਸਮਾਜਿਕ ਪ੍ਰਾਣੀ ਹੋਣ ਦੇ ਨਾਤੇ ਸਾਨੂੰ ਹਮੇਸ਼ਾ ਹੀ ਇੱਕ ਅਲੱਗ ਲਬੇੜ ਹੁੰਦਾ ਵਾ ਵੀ ਜਿਹੜਾ ਸਾਡਾ ਜੀ ਹੈ ਘਰ ਦਾ, ਸਾਡਾ ਬਾਪ ਹੈ, ਸਾਡਾ ਭਰਾ ਹੈ, ਸਾਡਾ ਪੋਤੇ, ਸਾਡੇ ਕੋਲ ਹਮੇਸ਼ਾ ਰਹਿ ਜੇ। ਲੇਕਿਨ ਇਹ ਸਾਰੀ ਗੁਰੂ ਮਹਾਰਾਜ ਨੇ ਆਪਣੇ ਕੋਲ ਇਸਦਾ ਚਿੱਠਾ ਰੱਖਿਆ ਵੀ ਕਿਸ ਨੇ ਕਦੋਂ ਜਾਣਾ, ਕਦੋਂ ਨਹੀਂ ਜਾਣਾ। ਇਸ ਕਰਕੇ ਮੈਂ ਇਸ ਅੰਤਿਮ ਅਰਦਾਸ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ, ਆਪਣੇ ਵੱਲੋਂ, ਸਾਰਿਆਂ ਵੱਲੋਂ ਆਪਣੇ ਸ਼ਰਧਾ ਸੁਮਨ ਭੇਟ ਕਰਨਾ ਵਾ, ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਨਾ ਵਾ ਕਿ ਸੰਗੂ ਸਾਹਿਬ ਨੂੰ ਆਪਣੇ ਚਰਨਾਂ 'ਚ ਵਾਸ ਦੇ, ਇਸ ਪਰਿਵਾਰ ਨੂੰ ਜੋ ਦੁੱਖ ਆਇਆ ਵਾ ਉਸਨੂੰ ਸਹਿਣ ਦੇ, ਇੱਕ ਤਾਕਤ ਦੇ। ਔਰ ਮੈਂ ਵਿਸ਼ਵਾਸ ਦਵਾਉਂਦਾ ਵਾਂ ਜਿਸ ਤਰੀਕੇ ਨਾਲ ਸੰਗੂ ਸਾਹਿਬ ਨੇ, ਉਹਨਾਂ ਦੀ ਧਰਮ ਪਤਨੀ ਨੇ, ਪੂਰੇ ਪਰਿਵਾਰ ਨੇ ਭਾਰਤੀ ਜਨਤਾ ਪਾਰਟੀ ਦੀ ਸੇਵਾ ਕੀਤੀ ਹੈ, ਜਨਸੰਘ ਦੀ ਸੇਵਾ ਕੀਤੀ ਹੈ, ਸਾਰੀ ਭਾਰਤੀ ਜਨਤਾ ਪਾਰਟੀ, ਸਾਰੇ ਕਾਰਿਕਰਤਾ ਇਸ ਪਰਿਵਾਰ ਦੇ ਨਾਲ 24 ਘੰਟੇ ਹਰ ਸਮੇਂ ਖੜੇ ਦੇ ਨੇ, ਕਿਸੇ ਵੀ ਸਮੇਂ ਯਾਦ ਕਰਨਗੇ, ਅਸੀਂ 1 ਮਿੰਟ 'ਚ ਇਸ ਪਰਿਵਾਰ ਦੇ ਵਿੱਚ ਆ ਕੇ ਉਹਨਾਂ ਦੇ ਨਾਲ ਖੜੇ ਹੋਵਾਂਗੇ। ਰਲ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਸਤਿਕਾਰਯੋਗ ਜਥੇਦਾਰ ਗੁਰਿੰਦਰਪਾਲ ਸਿੰਘ ਜੀ ਗੋਰਾ ਸਾਹਿਬ, ਐਗਜੈਕਟਿਵ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ, ਉਸ ਸੰਗਤ ਵਿੱਚ ਸ਼ੁਭ ਕੰਮ 2 ਮਿੰਟ ਵਾਸਤੇ ਆ ਕੇ ਸ਼ਬਦ ਫੁੱਲ ਭੇਟ ਦੇਣਗੇ ਜਥੇਦਾਰ ਗੁਰਿੰਦਰਪਾਲ ਸਿੰਘ ਜੀ ਗੋਰਾ। ਦੁੱਖ ਦੀ ਘੜੀ 'ਚ ਵਿਰਾਜਮਾਨ ਸਤਿਕਾਰਯੋਗ ਭੈਣੋ ਭਰਾਓ, ਆਓ ਫਤਿਹ ਦੀ ਸਾਂਝ ਪਾਈਏ। ਪਰ ਰਸਨਾ ਵਾਂਝੀ ਨਾ ਰਹੇ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਜਣ ਮੇਰੇ ਰਗਲੇ ਜਾਏ ਸੁੱਤੇ ਜੀਰਾਨ, ਹਮ ਵੀ ਵੰਜਾ ਡੂੰਬਣੀ ਰੋਵਾਂ 'ਚ ਨਹੀਂ ਪਾਣ। ਕਿਹੋ ਜਿਹੀ ਸ਼ਖਸੀਅਤ ਸਨ ਸਰਦਾਰ ਮੋਹਨ ਸਿੰਘ ਸੱਗੂ ਦਾ, ਕਿਹੋ ਜਿਹਾ ਜੀਵਨ ਸੀ, ਮੈਂ ਸਮਝਣਾ ਕੋਈ ਅਣਜਾਣ ਵਿਅਕਤੀ ਵੀ ਉਹਨਾਂ ਤੋਂ ਭੁੱਲਿਆ ਨਹੀਂ। ਮੈਂ ਵੇਖ ਰਿਹਾ ਸਾਂ ਜਦੋਂ ਸਤਿਕਾਰਯੋਗ ਸ਼੍ਰੀ ਦੇਵਰਾਜ ਚਾਚੋਵਾਲੀਆ ਜੀ ਆਏ ਨੇ, ਤਸਵੀਰ ਦੇ ਲਾਗੇ ਜਾ ਕੇ ਉਹਨਾਂ ਦੀਆਂ ਅੱਖਾਂ ਵਿੱਚੋਂ ਨੀਰ ਵਹਿ ਰਹੇ ਸਨ। ਕਿਉਂ ਵਹਿ ਰਹੇ ਸਨ? ਜਿਹਦੇ ਨਾਲ ਸਾਂਝ ਹੋਵੇ, ਜਿਹਦੇ ਨਾਲ ਮਿੱਤਰਤਾ ਹੋਵੇ, ਜਿਹਦੇ ਨਾਲ ਚੰਗੇ ਦਿਨ ਬੀਤੇ ਹੋਣ। ਪਰਿਵਾਰ ਤੇ ਰੋਂਦਾ, ਪਰਿਵਾਰ ਦੇ ਵਿੱਚੋਂ ਜੀ ਚਲਾ ਜਾਂਦਾ, ਪਰ ਇੱਕ ਪਰਿਵਾਰ ਸਮਾਜ ਜਿਹੜਾ ਅਸੀਂ ਤੇ ਤੁਸੀਂ ਬੈਠੇ ਹਾਂ, ਉਹ ਸਮਾਜ ਨੇ ਜਦੋਂ ਕੋਈ ਸੇਵਾ ਕਰਕੇ ਜਾਂਦਾ, ਉਹਨੂੰ ਲੋਕ ਉਹਦੀ ਚੰਗਿਆਈ ਨੂੰ ਵੀ ਯਾਦ ਕਰਦੇ ਨੇ, ਮਾਲਕ ਦੀ ਦਰਗਾਹ ਵਿੱਚ ਵੀ ਉਹਨੂੰ ਚੰਗਾ ਸਥਾਨ ਮਿਲਦਾ। ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਵੈਸੇ ਪਾਈਏ, ਦਰਗਾਹ ਵਿੱਚ ਸਥਾਨ ਮਿਲ ਜਾਂਦਾ। ਜੇ ਇੱਥੇ ਲੋਕਾਂ ਦਾ ਮਨ ਦੁਖੀ ਕੀਤਾ,
ਜੇ ਇੱਥੇ ਭਲਾ ਨਹੀਂ ਕੀਤਾ ਮਾਫ਼ ਕਰਿਓ, ਅੱਗੇ ਵੀ ਚੰਗਾ ਸਥਾਨ ਨਹੀਂ ਮਿਲਣਾ, ਉੱਥੇ ਜਮਾਂ ਦੀ ਮਾਰ ਖਾਣੀ ਪੈਣੀ ਹੈ। ਜਮ ਕਾ ਠੇਂਗਾ ਬੁਰਾ, ਉਹ ਨਸਿਆ ਜਾਏ। ਪਰ ਜੇ ਸਰਦਾਰ ਮੋਹਨ ਸਿੰਘ ਵਰਗੀ ਸ਼ਖਸੀਅਤ ਜਿਨ੍ਹਾਂ ਨੇ ਪਰਿਵਾਰ ਵੀ ਪਾਲਿਆ, ਸਮਾਜ ਦੀ ਸੇਵਾ ਵੀ ਕੀਤੀ ਹੈ, ਪਾਰਟੀ ਦੀ ਸੇਵਾ ਵੀ ਕੀਤੀ ਹੈ, ਜੇ ਅੱਜ ਉਹਨਾਂ ਦੇ ਜਾਣ ਤੋਂ ਬਾਅਦ ਲੋਕ ਉਹਨਾਂ ਨੂੰ ਚੰਗਾ ਕਹਿ ਰਹੇ ਨੇ, ਉਹਨਾਂ ਦੀਆਂ ਚੰਗਿਆਈਆਂ ਦੇ ਗੀਤ ਗਾ ਰਹੇ ਨੇ, ਮੈਂ ਸਮਝਣਾ ਉਸ ਮਾਲਕ ਦੀ ਦਰਗਾਹ ਵਿੱਚ ਵੀ ਧਰਮਰਾਜ ਦੇ ਰਿਸ਼ਤੇ ਐਸੀਆਂ ਰੂਹਾਂ ਦਾ ਸਤਿਕਾਰ ਕਰਦੇ ਨੇ। ਰੇ ਰੇ ਦਰਗੇ ਕਹੇ ਨਾ ਪਊ, ਆਓ ਬੈਠ ਆਦਰ ਸੁਭ ਦਿਓ। ਧਰਮਰਾਜ ਦੇ ਰਿਸ਼ਤੇ ਵੀ ਸਤਿਕਾਰ ਮਾਣ ਨਾਲ ਸਵਰਗ ਵਿੱਚ ਸਥਾਨ, ਮੈਂ ਸਮਝਣਾ ਸਰਦਾਰ ਮੋਹਨ ਸਿੰਘ ਸੱਗੂ ਨੂੰ ਮਿਲਣਾ ਕੋਈ ਔਖਾ ਨਹੀਂ। ਗੁਰਬਾਣੀ ਦੇ ਆਧਾਰ ਤੇ ਬਹੁਤ ਕੁਝ ਕਿਹਾ ਜਾ ਸਕਦਾ, ਬਹੁਤ ਕੁਝ ਬੋਲਿਆ ਜਾ ਸਕਦਾ। ਮੈਂ ਸਮੇਂ ਦੀ ਤਜਾਵਤ ਨੂੰ ਵੀ ਪਛਾਣਨਾ, ਪਰ ਮੈਂ ਵੀ, ਤੁਸੀਂ ਬਟਾਲੇ ਦੀ ਧਰਤੀ ਵਾਲੇ ਬੈਠੇ ਹੋ, ਮੈਂ ਪਰਿਵਾਰ ਤੁਹਾਡੇ ਦਾ ਕੀਸਾ, ਕਿਉਂਕਿ ਸੇਖੜੀ ਸਾਹਿਬ ਬੈਠੇ ਨੇ, ਚਾਚੋ ਵਾਲੀਆ ਜੀ ਬੈਠੇ ਨੇ, ਭਾਟੀਆ ਜੀ ਬੈਠੇ ਨੇ, ਸਰਦਾਰ ਬੂਟਾ ਸਿੰਘ ਜੀ ਬੈਠੇ ਨੇ, ਬਾਜਵਾ ਸਾਹਿਬ ਜੀ। ਮੈਂ ਸਮਝਣਾ ਇਹ ਪਰਿਵਾਰਾਂ ਦੇ ਸੰਬੰਧ ਬਣਦੇ ਨੇ। ਮੇਰੇ ਸਵਰਗਵਾਸੀ ਪਿਤਾ ਜੀ ਨਾਲ ਸਰਦਾਰ ਮੋਹਨ ਸਿੰਘ ਸੱਗੂ ਜੀ ਦੇ ਭਰਾਵਾਂ ਵਾਲੇ ਸੰਬੰਧ, ਤਿੰਨ ਇਲੈਕਸ਼ਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਸ ਬਟਾਲੇ ਤੋਂ ਲੜੀਆਂ, ਸਾਡੀ ਪਿੰਡ ਦੇ ਚਟਾਨ ਵਾਂਗ ਲੋਕ ਉਹਨਾਂ ਹੱਥ ਰੱਖਿਆ, ਅਸੀਸ ਦਿੱਤੀ ਹੈ। ਕਦੀ ਕੋਈ ਧਾਰਮਿਕ ਸਮਾਗਮ ਹੋਇਆ, ਉਹ ਭਾਵੇਂ ਸੁਲਤਾਨਪੁਰ ਲੋਧੀ ਤੋਂ ਨਗਰ ਕੀਰਤਨ ਆਇਆਂ ਨੂੰ ਆਉਣ, ਭਾਵੇਂ ਬਟਾਲੇ 'ਚ ਗੁਰੂ ਨਾਨਕ ਸਾਹਿਬ ਦਾ ਵਿਆਹ ਪੁਰਬ ਹੋਵੇ, ਭਾਵੇਂ ਫਿਰ ਕਿਤੇ ਅੱਖਾਂ ਦੇ ਕੈਂਪ ਲਾਉਣੇ ਹੋਣ ਜਿਨ੍ਹਾਂ ਨੂੰ ਰੋਸ਼ਨੀ ਨਹੀਂ, ਉਹਨਾਂ ਨੂੰ ਲੈਂਜ ਪਵਾਉਣੇ ਹੋਣ, ਇਹ ਸਤਿਕਾਰਯੋਗ ਸਰਦਾਰ ਮੋਹਨ ਸਿੰਘ ਸੱਗੂ ਹੋਰਾਂ ਦੇ ਹਿੱਸੇ ਵਿੱਚ ਆਇਆ। ਅੱਗੇ ਕੋਈ ਜਾਤ ਕਿਸੇ ਨਹੀਂ ਪੁੱਛਣੀ, ਅੱਗੇ ਕਿਸੇ ਨੇ ਬਰਾਦਰੀ ਨਹੀਂ ਪੁੱਛਣੀ, ਉੱਥੇ ਊਚ ਅਤੇ ਨੀਚ ਨਹੀਂ ਕਿਸੇ ਨੇ ਪੁੱਛਣੀ। ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਿਆ ਹੋਇਆ ਕੰਮ ਦਰਗਾਹ ਵਿੱਚ, ਉਹਨਾਂ ਨੇ ਸਾਥ ਦੇਣਾ, ਨਾ ਕੋਈ ਰਿਸ਼ਤੇਦਾਰ ਨਾਲ ਜਾਣਾ, ਨਾ ਕੋਈ ਸੰਬੰਧੀ ਜਾਣਾ, ਅਸੀਂ ਇੱਥੇ ਬਹਿ ਕੇ ਰੋ ਸਕਦੇ ਹਾਂ। ਪਰ ਪੀੜ ਹੁੰਦੀ ਹੈ ਜਿਸ ਤਰ੍ਹਾਂ ਲਾਗੇ, ਸੋ ਤਨ ਜਾਣੇ ਕੌਣ ਜਾਣੇ ਪੀਰ ਭਰਾਈ। ਅੱਜ ਉਹਨਾਂ ਦੀਆਂ ਬੱਚੀਆਂ ਨੂੰ, ਉਹਨਾਂ ਦੇ ਪੁੱਤਰ ਨੂੰ, ਉਹਨਾਂ ਦੇ ਪਰਿਵਾਰ ਨੂੰ, ਉਹਨਾਂ ਦੀ ਫੁਲਵਾੜੀ ਨੂੰ ਪੁੱਛ ਕੇ ਵੇਖਿਆ ਜਾਏ ਲੋਕ ਕਿਹੋ ਜਿਹਾ। ਸ਼ਾਇਦ ਸਰਦਾਰ ਮੋਹਨ ਸਿੰਘ ਵਰਗੀ ਸ਼ਖਸੀਅਤ ਪੈਦਾ ਕਰਨੀ ਅਤੇ ਬਣਾਉਣੀ ਬਹੁਤ ਔਖੀ ਜ਼ਿੰਦਗੀ ਲੰਘ ਜਾਂਦੀ ਹੈ। ਸੇਖੜੀ ਸਾਹਿਬ ਪੜ੍ਹਲੀਆਂ ਲੋਕ ਹਾਂ ਅਸੀਂ, ਧਾਰਮਿਕ ਪੋਲੀਟੀਕਲ ਸਾਰੇ ਸਾਂਝੇ, ਜੀਵਨ ਨੂੰ ਕਿਤੇ ਸਟੇਜ 'ਤੇ ਲਿਆਉਣਾ ਬਹੁਤ ਔਖਾ ਹੈ। ਉਹ ਸਰਦਾਰ ਮੋਹਨ ਸਿੰਘ ਸੱਗੂ ਜੀ ਨੇ ਕਾਰੋਬਾਰ ਵੀ ਕੀਤਾ ਅਤੇ ਪਾਰਟੀ ਦੀ ਸੇਵਾ ਵੀ ਕੀਤੀ। ਸੋ ਮੈਂ ਇਸੇ ਮਹਾਨ ਸ਼ਖਸੀਅਤ ਦੇ ਚਰਨਾਂ 'ਚ ਆਪਣਾ ਜਿੱਥੇ ਸੀਸ ਝੁਕਾਉਣਾ, ਉਹਨਾਂ ਨੂੰ ਸ਼ਰਧਾ ਰੂਪੀ ਫੁੱਲ ਅਰਪਿਤ ਕਰਦਾ, ਜਿੱਥੇ ਆਪਣੇ ਵੱਲੋਂ ਅਰਦਾਸ ਕਰਦਾ, ਆਪਣੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਤਿਕਾਰ ਅਤੇ ਸ਼ਰਧਾ ਦੇ ਫੁੱਲ ਭੇਟ ਕਰਦਾ ਉਹਨਾਂ ਦੇ ਹੋਣਹਾਰ ਸਪੁੱਤਰ, ਉਹਨਾਂ ਦੇ ਬੱਚੇ ਲਈ ਚੜ੍ਹਦੀ ਕਲਾ ਲਈ ਵੀ ਅਰਦਾਸ ਕਰਦੇ ਹਾਂ। ਗੁਰੂ ਕਿਰਪਾ ਕਰੇ ਇਸ ਵੀਰ ਦੇ ਵਿੱਚੋਂ ਉਹਨਾਂ ਦੇ ਸਨੇਹੀ, ਉਹਨਾਂ ਦੇ ਪਿਆਰੇ, ਉਹਨਾਂ ਦੇ ਮਿੱਤਰ ਸਰਦਾਰ ਮੋਹਨ ਸਿੰਘ ਸੱਗੂ ਜੀ ਨੂੰ ਵੇਖ ਸਕਣ। ਮਾਲਕ ਇਹਨਾਂ ਨੂੰ ਤੰਦਰੁਸਤੀ ਦੀ ਦਾਤ, ਪਾਰਟੀ ਪ੍ਰਤੀ ਉਸੇ ਤਰ੍ਹਾਂ ਦੀ ਸੇਵਾ ਕਰਨ ਦਾ ਸੁਭਾਗ, ਜਿੱਥੇ ਆਪਣਾ ਕਾਰੋਬਾਰ ਸਾਹਮਣਾ ਉੱਥੇ ਪੰਥ ਪਾਰਟੀ ਪ੍ਰਤੀ ਆਪਣੀ ਸੇਵਾ ਨਿਭਾਉਂਦੇ ਰਹਿਣ। ਆਓ ਜਿੱਥੇ ਮੈਂ ਆਪਣੇ ਵੱਲੋਂ ਅਰਦਾਸ ਕੀਤੀ ਹੈ, ਸੰਗਤ ਰੂਪ ਹੋ ਕੇ ਅਰਦਾਸ ਕਰੀਏ। ਗੁਰਬਾਣੀ ਦਾ ਪਵਿੱਤਰ ਫਰਮਾਨ ਹੈ, ਸੰਬਤ ਸਾਹ ਲਿਖਿਆ, ਮਿਲ ਕਰ ਪਾਵੋ ਤੇਲ, ਦੇਹ ਸੱਜਣਿਆ ਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ, ਕਹਿ ਕਬੀਰ
सुनो रे संतो खेत ही करो नबेड़ा अब की बार बख्श बंदे को बहुत दफा जल फेरा बोल दिया मेरी निजी भौजी मैं माफी बख्शो वाहेगुरु जी का खालसा वाहेगुरु जी की फतेह। ਗੁਰੂ ਜੀ ਨੇ ਬਹੁਤ ਸੱਚੀ ਸੁੱਚੀ ਸ਼ਰਧਾਂਜਲੀ ਸਤਿਗੁਰ ਸਾਹਿਬ ਨੂੰ ਭੇਟ ਕੀਤੀ ਹੈ। ਗੁਰੂ ਸਾਹਿਬ ਦਾ ਧੰਨਵਾਦ। ਬਹੁਤ ਸਾਰੇ ਬੁਲਾਰੇ ਸੱਜਣ ਜੋ ਪੰਡਾਲ ਵਿੱਚ ਬੈਠੇ ਹੋ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਨ, ਉਹਨਾਂ ਸਾਰਿਆਂ ਨੂੰ ਜੀ ਆਇਆਂ ਔਰ ਸਰਬੱਤ ਦਾ ਭਲਾ ਬੱਚਿਆਂ ਵਾਲੇ ਸਰਬੱਤ ਸੰਗਤਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਸਮੇਂ ਦੀ ਘਾਟ ਕਰਕੇ ਸਾਰਿਆਂ ਨੂੰ ਸਨਮਾਨ ਦਿੱਤਾ ਜਾਏਗਾ। ਹੁਣ ਸਿਰਫ ਸਾਡੇ ਸਰਕਾਰ ਦੇ ਸਰਦਾਰ ਰਜਿੰਦਰ ਸਿੰਘ ਜੀ ਪਦਮ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਪ੍ਰਧਾਨ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਉਹ ਸੰਗਤਾਂ 2 ਮਿੰਟ ਵਾਸਤੇ ਸੰਬੋਧਨ ਕਰਨਗੇ। ਸਤਿਗੁਰ ਸਾਹਿਬ ਨਿਮਿਤ ਜੋ ਧਾਰਮਿਕ ਕਾਰਜਾਂ ਵਾਸਤੇ ਮਾਇਆ ਭੇਜ ਪਈ ਪਰਿਵਾਰ ਵੱਲੋਂ ਉਹਦੀ ਸਾਰੀ ਡਿਟੇਲ ਵੀ ਤੁਹਾਨੂੰ ਦੱਸਣਗੇ ਸਰਦਾਰ ਰਜਿੰਦਰ ਸਿੰਘ ਜੀ ਪੱਦਮ। ਹਕੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਮੋਹਨ ਸਿੰਘ ਸੱਗੂ ਜੀ ਜੋ ਕੁਝ ਦਿਨ ਪਹਿਲਾਂ ਪਰਿਵਾਰ ਨੂੰ ਔਰ ਸਾਰੇ ਮਿੱਤਰਾਂ ਦੋਸਤਾਂ ਨੂੰ ਛੱਡ ਕੇ ਗੁਰੂ ਚਰਨਾਂ 'ਚ ਜਾ ਬਰਾਜੇ ਹਨ, ਉਹਨਾਂ ਦੀ ਅੰਤਿਮ ਅਰਦਾਸ ਵਿੱਚ ਆਪਾਂ ਇੱਥੇ ਇਕੱਠੇ ਹੋਏ ਹਾਂ। ਹਰ ਆਦਮੀ ਦਾ ਵੱਖਰਾ ਵੱਖਰਾ ਪਿਆਰ ਹੁੰਦਾ, ਹਰ ਆਦਮੀ ਦਾਸ ਦਾ ਹੀ ਵੱਖਰਾ ਪਿਆਰ ਸੀ ਉਹਨਾਂ ਨਾਲ। ਕੋਈ 20 ਸਾਲ ਤੋਂ ਐਸਾ ਪ੍ਰੇਮ ਬਣਿਆ ਕਿ ਜੋ ਉਹਨਾਂ ਨੂੰ ਕਿਹਾ ਉਹਨਾਂ ਨੇ ਕਹਿਣਾ ਮੰਨਿਆ। 20 ਸਾਲ ਤੋਂ ਹਰ ਸਾਲ ਹੀ ਅੱਖਾਂ ਦੇ ਕੈਂਪ ਲਗਾਉਣੇ, ਇੱਕ ਨਹੀਂ ਸਾਲ 'ਚ 2-2 ਕੈਂਪ ਵੀ ਲੱਗਦੇ ਰਹੇ ਨੇ। ਹਰ ਕੈਂਪ 'ਚ 70 ਤੋਂ 80 ਮਰੀਜ਼ਾਂ ਦੇ ਲੈਂਜ ਫਿੱਟ ਕੀਤੇ ਜਾਂਦੇ ਸੀ। ਇਹ ਸਾਰਾ ਜੋ ਖਰਚਾ ਸੀ ਸਾਡੇ ਸਤਿਕਾਰਯੋਗ ਸਰਦਾਰ ਮੋਹਨ ਸਿੰਘ ਸੱਗੂ ਸਾਹਿਬ ਔਰ ਸਰਦਾਰ ਅਵਤਾਰ ਸਿੰਘ ਜੀ ਹੰਸਪਾਲ ਜੀ ਜੋ ਇੰਗਲੈਂਡ ਤੋਂ ਆਏ ਨੇ ਇਹ ਰਲ ਕੇ ਕਰਦੇ ਰਹੇ ਔਰ ਐਸਾ ਪਿਆਰ ਬਣਿਆ ਕਿ ਸਰਦਾਰ ਅਜੇਪਾਲ ਸਿੰਘ ਜੀ ਮੈਨੂੰ ਦੱਸ ਰਹੇ ਸੀ ਕਿ ਆਖਰੀ ਵਕਤ ਤੁਹਾਨੂੰ ਯਾਦ ਕਰਦੇ ਚਲੇ ਗਏ, ਪਰ ਤੁਸੀਂ ਕਿਉਂਕਿ ਉਹ ਜੋ ਮੌਤ ਹੋਈ ਸੀ ਉਸ ਵੇਲੇ ਚੰਡੀਗੜ੍ਹ ਸਨ ਔਰ ਇਤਨਾ ਵਿਰਾਗ ਮਨ 'ਚ ਆਇਆ ਹੈ ਕਿ ਜਿੱਥੇ ਇੰਨਾ ਪਿਆਰ ਹੋਇਆ ਹੀ ਆਖਰੀ ਦਰਸ਼ਨ ਉਹਨਾਂ ਦੇ ਨਾਲ ਕੋਈ ਬਚਨ ਨਹੀਂ ਕਰ ਸਕਦਾ ਅਤੇ ਮੈਂ ਪਰਿਵਾਰ ਤੋਂ ਮਾਫ਼ੀ ਮੰਗਦਾ ਹਾਂ ਕਿਉਂਕਿ PGI ਨਹੀਂ ਜਾ ਸਕਿਆ ਦਾਸ, ਇਸ ਕਰਕੇ ਮਾਫ਼ੀ ਮੰਗਦਾ ਹੈ। ਮੈਂ ਬੇਨਤੀ ਕਰਨੀ ਹੈ ਕਿ ਪਰਿਵਾਰ ਨੇ ਜੋ ਧਾਰਮਿਕ ਫੰਡ ਭੇਟਾ ਕੀਤਾ ਹੈ ਗੁਰਦੁਆਰਾ ਸ੍ਰੀ ਕੰਗ ਸਾਹਿਬ, ਗੁਰਦੁਆਰਾ ਸ੍ਰੀ ਅੱਚਲ ਸਾਹਿਬ, ਗੁਰਦੁਆਰਾ ਸਤਕਰਤਾਰੀਆਂ, ਕੁਸ਼ਟ ਆਸ਼ਰਮ ਨੂੰ ਕੰਬਲਾਂ ਦੀ ਸੇਵਾ ਕੀਤੀ ਹੈ, ਬਿਰਧ ਆਸ਼ਰਮ ਕੰਬਲਾਂ ਦੀ ਸੇਵਾ ਕੀਤੀ ਹੈ, ਕਾਲੀ ਦੁਆਰਾ ਜੋ ਮੰਦਰ ਹੈ ਉਹਨਾਂ ਵਾਸਤੇ ਸੇਵਾ ਦਿੱਤੀ ਹੈ, ਰੁੜਕੀ ਪਿੰਗਲਵਾੜਾ ਸਿਨਮਾ ਰੋਡ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਰਜਿਸਟਰਡ ਅੰਤਰਰਾਸ਼ਟਰੀ ਔਰ ਨਾਮ ਸਿਮਰਨ ਕੇਂਦਰ ਪ੍ਰਭ ਆਸ਼ਰਮ ਕੁਰਾਲੀ ਔਰ ਸਹਾਰਾ ਕਲੱਬ ਨੂੰ ਉਹਨਾਂ ਨੇ ਆਪਣੀ ਨੇਕ ਕਮਾਈ 'ਚੋਂ ਜੋ ਭੇਟਾ ਦਿੱਤੀ ਹੈ ਉਹਨਾਂ ਵੀਰਾਂ ਨੂੰ ਜੋ ਆਏ ਨੇ ਇੱਥੇ ਉਹਨਾਂ ਦੇ ਚਰਨਾਂ 'ਚ ਬੇਨਤੀ ਕਿ ਉਹ ਆਪਣੀ ਆਪਣੀ ਭੇਟਾ ਲੈ ਕੇ ਜਾਣ ਦੀ ਕਿਰਪਾਲਤਾ ਕਰਨੀ। ਆਪ ਸਾਧ ਸੰਗਤਾਂ ਦਾ ਕੋਟ ਕੋਟ ਧੰਨਵਾਦ, ਅਰਦਾਸ ਬੇਨਤੀ ਕੀਤੀ ਗਈ ਸੱਚੇ ਪਾਤਸ਼ਾਹ ਜੀ ਇਸ ਪਰਿਵਾਰ 'ਤੇ ਮਿਹਰ ਬਰਿਆਤ ਰੱਖਣਾ,
ਸਰ ਅਜੇ ਪਾਲ ਸਿੰਘ ਨੂੰ ਜਿਤਨਾ ਆਪਣੇ ਪਿਤਾ ਜੀ ਨੇ ਉਹਨਾਂ ਦੇ ਸੇਵਾ ਕੀਤੀ ਹੈ ਹੁਣ ਉਹਨਾਂ ਨੂੰ ਸੰਗਤਾਂ ਦੀ ਸੇਵਾ ਆਪ ਕਰਨੀ ਪੈਣੀ ਹੈ ਇਹ ਬੇਨਤੀ ਹੈ ਦੂਸਰੀ ਬੇਨਤੀ ਸਾਡੇ ਸਤਿਕਾਰਯੋਗ ਸਰਦਾਰ ਰਘਵੀਰ ਸਿੰਘ ਜੀ ਲੁੱਝੀ ਨੰਗਲ ਸਾਹਿਬ ਉਹ ਘਰ ਆ ਕੇ ਸਿਰੇ ਇਹਨਾਂ ਨੂੰ ਮਿਲ ਕੇ ਅਫਸੋਸ ਕਰਕੇ ਗਏ ਸੀ ਉਹਨਾਂ ਦੀ ਵੀ ਹਾਜ਼ਰੀ ਕਬੂਲ ਕਰਨੀ ਤੇ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਿ ਗੁਰੂ ਕਾ ਲੰਗਰ ਤਿਆਰ ਹੈ ਸਾਧ ਸੰਗਤਾਂ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾ ਸਿੰਘ ਜੀ ਹੰਸਪਾਲ ਜੀ ਜੋ ਯੂਕੇ ਤੋਂ ਆਏ ਨੇ ਔਰ ਬੀਬੀ ਦਰਸ਼ਨ ਕੌਰ ਜੀ ਹੰਸਪਾਲ ਬੀਬੀ ਕਮਲਜੀਤ ਕੌਰ ਜੀ ਔਰ ਸਰਦਾਰ ਅਜੇ ਪਾਲ ਸਿੰਘ ਨੇ ਗੁਰਦੁਆਰਾ ਸੱਤ ਕਰਤਾਰੀਆਂ ਵਾਸਤੇ ਜੋ ਉੱਥੇ ਲੰਗਰ ਹਾਲ ਦੀਵਾਨ ਹਾਲ ਜੋ ਤਿਆਰ ਕੀਤਾ ਜਾ ਰਿਹਾ ਉਹਦੇ ਵਾਸਤੇ 31,000 ਰੁਪਏ ਦੀ ਸੇਵਾ ਕੀਤੀ ਹੈ ਅਸੀਂ ਉਹਨਾਂ ਦੇ ਵੀ ਧੰਨਵਾਦੀ ਹੈ ਸਰਦਾਰ ਅਵਤਾਰ ਸਿੰਘ ਜੀ ਤੇ ਹੁਣ ਪਰਿਵਾਰ ਵੱਲੋਂ ਸਰਦਾਰ ਅਜੇ ਪਾਲ ਸਿੰਘ ਜੀ ਨੂੰ ਪਹਿਲਾਂ ਦਸਤਾਰ ਦਿੱਤੀ ਜਾਵੇਗੀ ਗੁਰਦੁਆਰਾ ਸਿੰਘ ਸਿੰਘ ਸਭਾ ਸੰਮਾ ਰੋਡ ਸਿੰਘ ਸਾਹਿਬ ਗਿਆਨੀ ਲਖਵਿੰਦਰ ਸਿੰਘ ਜੀ ਵੱਲੋਂ ਰੂਪਾ ਭੇਟ ਕੀਤਾ ਗਿਆ ਭਾਈ ਮਨਜੀਤ ਸਿੰਘ ਜੀ ਹੈਪੀ ਸੋਨਿਆਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਮਰਾਸ ਵਾਰ ਅਜੇ ਪਾਲ ਸਿੰਘ ਜੀ ਅਤੇ ਉਹਨਾਂ ਦਾ ਸਮੂਹ ਪਰਿਵਾਰ ਜੋ ਸਮਾਜ ਵਿੱਚ ਬੜੀ ਚੰਗੀ ਤਰ੍ਹਾਂ ਵਿਚਰ ਰਹੇ ਹਨ ਅੱਜ ਤੋਂ ਜਿੰਨੀਆਂ ਜ਼ਿੰਮੇਵਾਰੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਾਬਾ ਜੀ ਖਿਲਾ ਜਾਓ।